राजवीर वीर हुणा दा जदों विआह हुंदा है, विआह तो 2 साल बाद एक एक्सीडेंट विच उहनां दी पत्नी दी मौत हो जांदी है। जदों एक्सीडेंट हुंदा है, भैण हुणा दे साह चलदे हुंदे आ, हालत गंभीर हुंदी आ, तां वीर हुणे लोकां दीआं मिन्नतां करदे ने कि उहनां दी वाइफ नूं हस्पताल पहुंचाया जावे, पर उत्थे मौजूद कोई भी व्यक्ति उहनां दी मदद नहीं करदा। एक्सीडेंट दौरान भैण हुणा दे कपड़े फट जांदे ने, लोक उहनां नूं ढक्कण दी बजाए उहनां दीआं वीडियोज़ बनाउण लग जांदे ने। भैण हुणा नूं जदों तक हस्पताल पहुंचाया जाता है तद तक उन्हां दी मौत हो चुकी हुंदी आ। वीर हुणे दसदे ने कि उन्हां दोनां दे विच इन्ना प्यार सी कि 2 सालां दौरान उन्हां ने कदी भी उन्हां नूं शिकायत दा मौका नहीं दिता, ते कदी भी अजिहा दिन नहीं होया सी जदों उन्हां ने कट्ठियां रोटी नहीं सी खाधी। वीर हुणे इह वी दसदे ने कि उन्हां नूं कोई तीसरा बंदा वख नहीं कर सकदा, पर परमात्मा ने उन्हां दोनां नूं वख कर दिता। ते सौरा परिवार इह कहिंदा है कि उन्हां ने अपनी नौनी अपनी धी नूं खोया है, ते नौ दी मौत नाल उन्हां नूं वड्डा घाटा पिया है। साडे नाल कोई रिलेटिव सीगे जी, उन्हां ने सानूं 10-22 सी लखवीर बारे देखत गईआ कर लो, चलो उन्हां नूं देखण गए है ना, कि दूजे नूं वधिया असीं पसंद आए। किसे ने उन्हां नूं कहता भी मुंडा तां क्रेन चलांदा आ ना, भी नशा पत्ता करदा आ। कई कहिंदे मेरे फादर साहब भी ड्रिंक करदे सीगे, भी मेरे ब्रदर भी करदे नेगे। भी राजवीर कितें इदां दी गल ना हो जाए, भी जिदां दी जिंदगी 'च मैं निकल के आ रही हाँ ना, तुसीं मैनूं उदां दी जिंदगी मैनूं दुआर तो तुसीं ਉਹ ਕਰ। ਉੱਦਾਂ ਹੀ ਮੈਨੂੰ ਉਹਨਾਂ ਪ੍ਰਤੀ ਕਿਸੇ ਨੇ ਕਹਿਤਾ ਵੀ ਨਹੀਂ ਕੁੜੀ ਤਾਂ ਕਿ ਡਾਂਸ ਕਰਦੀ ਹੈ। ਉਹ ਕਹਿੰਦੇ ਵੀ ਜੇ ਤਾਂ ਮੇਰੇ 'ਤੇ ਟਰੱਸਟ ਕਰਕੇ ਚੱਲੋਗੇ ਤਾਂ ਜ਼ਿੰਦਗੀ ਤੁਹਾਡੇ ਨਾਲ, ਮੈਂ ਜੋ ਵੀ ਦੁੱਖ ਸੁੱਖ ਆਊਗਾ ਤੁਹਾਡੇ ਨਾਲ ਮੈਂ ਇਕਰਾਰ ਰਹੂੰਗੀ, ਕੋਈ ਦਿੱਕਤ ਨਹੀਂ ਹੈਗੀ, ਤੁਹਾਡੇ ਨਾਲ ਖੜੀ ਰਹੂੰਗੀ। ਕਿ ਉਹਨਾਂ ਨੇ ਆਪਣੇ ਘਰ ਦੇ ਮਨਾ ਲਏ, ਮੈਂ ਆਪਣੇ ਮਨਾ ਲਏ, ਸਾਡੀ ਮੈਰਿਜ ਹੋ ਜਾਂਦੀ ਹੈ ਜੀ। ਮਤਲਬ ਬਹੁਤ ਜ਼ਿਆਦਾ ਪਿਆਰ ਕਰਦੀ ਸੀਗੀ, ਉਹਦੇ ਵਰਗਾ ਪਿਆਰ ਮੈਨੂੰ ਨਹੀਂ ਲੱਗਦਾ ਮੈਨੂੰ ਗਾਹਾਂ ਕਿਸ ਤੋਂ ਮਿਲੂਗਾ, ਜਾਂ ਮੈਂ ਪਿੱਛੇ ਕਿਸ ਤੋਂ ਲੈ ਸਕਦਾ ਸੀਗਾ। ਸਾਨੂੰ ਮਾਣ ਇਸ ਚੀਜ਼ ਦਾ ਸੀਗਾ ਵੀ ਸਾਡੇ ਤੀਜਾ ਬੰਦਾ ਕੋਈ ਸਾਨੂੰ ਅਲੱਗ ਨਹੀਂ ਕਰ ਸਕਦਾ, ਪਰ ਉਹ ਪਰਮਾਤਮਾ ਵਿੱਚ ਆ ਕੇ ਸਾਨੂੰ ਅਲੱਗ ਕਰ ਗਿਆ। ਅਸੀਂ ਮੱਥਾ ਟੇਕਣ ਗਏ ਹਾਂ ਗੁਰਦੁਆਰਾ ਸਾਹਿਬ, ਇਹ ਭਤੀਜੀ ਸਾਡੇ ਨਾਲ ਸੀਗੀ। ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਅਗਾਂਹ ਆਏ ਹੋਣੇ ਆ, ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਆ ਪਿੱਛੋਂ, ਬਹੁਤ ਹੀ ਲਾਪਰਵਾਹੀ ਨਾਲ ਬੰਦਾ ਚਲਾ ਕੇ ਲੈ ਕੇ ਆਇਆ, ਉਹਨੂੰ ਡਰਿੰਕ ਕੀਤੀ ਹੋਈ ਸੀਗੀ। ਉਹਨਾਂ ਨੇ ਪਿੱਛੋਂ ਜਿੱਥੇ ਬਾਈਕ 'ਤੇ ਉਹ ਬੈਠੇ ਸੀਗੇ, ਉਹਨਾਂ ਨੇ ਹਿੱਟ ਕਰਤਾ ਉੱਥੇ। ਹਿੱਟ ਹੋਣ ਨਾਲ ਉਹ ਪਿੱਛੇ ਉਹਨਾਂ ਦੀ ਗੱਡੀ ਦੇ ਵਿੱਚ ਵੱਜ ਕੇ, ਗੱਡੀ ਦੇ ਵਿੱਚ ਉਹਨਾਂ ਦਾ ਵਾਈਪਰ ਲੱਗਾ ਹੁੰਦਾ ਜਿਹੜਾ ਮੋਟਰ ਵਾਲਾ, ਉਹਨਾਂ ਦੀ ਬੱਖੀ ਦੇ ਵਿੱਚ ਵੜ ਗਿਆ। ਬੱਖੀ ਦੇ ਵਿੱਚ ਉਹਨਾਂ ਨੇ ਨਾ ਆਂਦਰਾਂ ਬਾਹਰ ਕੱਢ ਲੈਂਦੀਆਂ ਜੀ ਉਹਦੀਆਂ, ਅਤੇ ਉਸ ਤੋਂ ਬਾਅਦ ਗੱਡੀ ਦੇ ਉੱਪਰ 'ਚ ਉਹ ਜਦੋਂ ਟੱਪ ਕੇ ਗਏ, ਉਹਨਾਂ ਦਾ ਸਿਰ ਥੱਲੇ ਹਿੱਟ ਹੋ ਗਿਆ। ਸਿਰ ਥੱਲੇ ਲੱਗਣ ਨਾਲ ਉਹਨਾਂ ਦੇ ਸਿਰ ਖੁੱਲ੍ਹ ਗਿਆ ਜੀ। ਇੰਨਾ ਯਾਦ ਆ ਵੀ ਬੰਦਿਆਂ ਨੇ ਮੈਨੂੰ ਗੱਡੀ ਦੇ ਥੱਲਿਓਂ ਕੱਢਿਆ, ਕੱਢ ਕੇ ਜਦੋਂ ਮੈਂ ਦੇਖਿਆ, ਮੈਂ ਕਿਹਾ ਮੇਰੀ ਵਾਈਫ ਕਿੱਥੇ, ਜਦੋਂ ਮੈਂ ਵਾਈਫ ਵਾਲਿਆਂ ਨੂੰ ਭੱਜਿਆ, ਉਹਨਾਂ ਇੱਦਾਂ ਪੁੱਠੇ ਪਏ ਸੀਗੇ ਜੀ, ਉਹਨਾਂ ਦੇ ਬਲੱਡ ਸਿਰ ਤੋਂ ਥੱਲੇ ਪੈਰਾਂ ਤੱਕ ਪਾਰ ਕਰ ਚੁੱਕਾ ਸੀਗਾ, ਜੋ ਵੀ ਪੇਟ ਦੀਆਂ ਨਾਲਾਂ ਸੀਗੀਆਂ ਉਹ ਬਾਹਰ ਨਿਕਲੀਆਂ ਹੋਈਆਂ ਸੀਗੀਆਂ। ਮੈਂ ਉਹਨਾਂ ਨੂੰ ਜਦੋਂ ਜਾ ਕੇ ਪਲਟਿਆ ਤਾਂ ਮੇਰੇ ਇੰਨਾ ਹੱਥ ਉਹਨਾਂ ਦੇ ਹੈੱਡ ਦੇ ਵਿੱਚ ਵੜ ਗਿਆ ਸੀਗਾ, ਇੰਨਾ ਉਹਨਾਂ ਦੀ ਹਾਲਤ ਖਰਾਬ ਸੀਗੀ। ਗੱਡੀ ਵਾਲਿਆਂ ਨੂੰ ਮੈਂ ਜਾ ਕੇ ਕਿਹਾ, ਮੈਂ ਕਿਹਾ ਵੀਰੇ ਮੇਰੀ ਵਾਈਫ ਆ, ਮੈਂ ਕਿਹਾ ਉਹਨੂੰ ਬਚਾ ਲਓ, ਵੀ ਤੁਸੀਂ ਪ੍ਰੋ ਲਾਈਫ ਹੋਸਪਿਟਲ ਆ ਸਾਡੇ ਇੱਥੇ, ਮੈਂ ਕਿਹਾ ਤੁਸੀਂ ਉੱਥੇ ਉਤਾਰ ਦਿਓ, ਵੀ ਸਾਰਾ ਖਰਚਾ ਮੈਂ ਆਪ ਕਰ ਲਵਾਂਗਾ, ਤੁਸੀਂ ਨਿਕਲ ਜਿਓ। ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਡਰਿੰਕ ਕੀਤੀ ਹੋਈ ਸੀਗੀ, ਉਹਨਾਂ ਨੇ 2 ਜਣਿਆਂ ਨੇ ਜਿਹੜਾ ਨਾਲ ਕਨੈਕਟਰ ਸਾਈਡ 'ਚ ਇੱਕ ਸਾਈਡ ਬੈਠਾ ਸੀਗਾ ਡਰਾਈਵਰ ਦੇ ਨਾਲ, ਉਹ ਉਤਰ ਕੇ ਆਇਆ, ਜੋ ਕਿ ਹੈੱਡਲਾਈਟ ਉਹਦੀ ਟੁੱਟੀ ਸੀਗੀ ਗੱਡੀ ਦੀ, ਉਹਨੇ ਮੇਰੇ ਸਿਰ 'ਚ ਮਾਰੀ ਆਉਂਦੇ ਨੇ। ਮੈਂ ਇੱਧਰ ਸਾਈਡ ਡਰਾਈਵਰ ਸਾਈਡ ਉਹਦੇ ਕੋਲ ਖੜ੍ਹਾ ਸੀਗਾ, ਉਹਨੇ ਮੇਰੇ ਸਿਰ 'ਚ ਮਾਰੀ, ਮੇਰੇ ਸਟਿਚਿੰਗ ਹੋਈ ਆ ਸਿਰ 'ਚ। ਉਹਨਾਂ ਨੇ ਕੀ ਕਰਿਆ, ਗੱਡੀ ਭਜਾ ਕੇ ਲੈ ਗਏ ਉੱਥੇ, ਇੱਕ ਸਰਦਾਰ ਬੰਦਾ ਅਤੇ ਪਲੱਸ ਉਹਦੀ ਵਾਈਫ ਨਾਲ ਸੀਗੀ, ਜਾ ਕੇ ਰੋਡ ਦੇ ਵਿਚਾਲੇ ਬਹਿ ਕੇ ਉਹਨਾਂ ਤੋਂ ਗੋਡਿਆਂ ਭਾਨੇ ਮੈਂ ਹੱਥ ਜੋੜ ਕੇ ਮੈਂ ਰੋਣ ਲੱਗ ਗਿਆ। ਮੈਂ ਕਿਹਾ ਮੇਰੀ ਵਾਈਫ ਵੀ ਇਸ ਟਾਈਮ ਸਾਹ ਚੱਲਦੇ, ਆਪਾਂ ਬਚਾ ਸਕਦੇ ਉਹਨੂੰ, ਵੀ ਚਲੋ ਤੁਸੀਂ ਮੇਰੇ ਨਾਲ ਹੈ ਨਾ ਹੈਲਪ ਕਰ ਦਿਓ। ਅਤੇ ਉਹ ਮੈਨੂੰ ਕਹਿੰਦੇ, ਉਹ ਸਰਦਾਰ ਬੰਦਾ ਜੀ ਮੈਨੂੰ ਕਹਿੰਦਾ ਨਾ, ਕਹਿੰਦਾ ਕੋਈ ਗੱਲ ਨਹੀਂ ਬ੍ਰਦਰ, ਕਹਿੰਦਾ ਤੁਸੀਂ ਚੱਕੋ ਉਹਨਾਂ ਨੂੰ, ਕਹਿੰਦਾ ਮੈਂ ਸਾਈਡ 'ਤੇ ਲਗਾਉਣਾ ਗੱਡੀ। ਮੈਂ ਵਾਈਫ ਨੂੰ ਚੱਕਣ ਗਿਆ ਜੀ, ਜਾਨੂ ਉਹ ਗੱਡੀ ਲੈ ਕੇ ਉਹ ਵੀ ਚਲਾ ਗਿਆ। ਘੱਟੋ ਘੱਟ 200-300 ਬੰਦਾ ਖੜ੍ਹਾ ਹੋਣਾ ਆ ਉੱਥੇ। ਲੋਕਾਂ ਨੇ ਕੀ ਕੀਤਾ ਜੀ, ਉਹਦੇ ਨਾ ਪਿੱਠ ਤੋਂ ਕੱਪੜੇ ਫਟ ਗਏ ਸੀਗੇ, ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ। ਕਿਸੇ ਨੇ ਉਹਦਾ ਬਦਨ ਨਹੀਂ ਢੱਕਿਆ ਵੀ ਚਲੋ ਉਹਦੀ ਪਿੱਠ ਨੰਗੀ ਹੋ ਗਈ ਹੈ ਨਾ ਐਕਸੀਡੈਂਟ 'ਚ, ਜਿੱਦਾਂ ਕਿ ਉਹਦੇ ਪਲਟੀਆਂ ਖਾਧੀਆਂ, ਉਹਦੇ ਨਾਲ ਉਹਦੇ ਕੱਪੜੇ ਸਾਰੇ ਫਟ ਗਏ ਸੀਗੇ, ਅਤੇ ਸਾਰਿਆਂ ਨੇ ਵੀਡੀਓ ਬਣਾਈ ਆ ਉੱਥੇ। ਹੋਰ ਕਿਸੇ ਨੇ ਇਨਸਾਨੀਅਤ ਇੱਕ ਪੈਸੇ ਦੀ ਨਹੀਂ ਦਿਖਾਈ। ਮੈਂ ਆਇਆ ਉੱਦਾਂ ਹੀ ਆਪਣੀ ਵਾਈਫ ਦੇ ਕੱਪੜੇ ਮੈਂ ਖੁਦ ਢੱਕੇ ਨੇਗੇ, ਖੁਦ ਉਹਦੀ ਚੁੰਨੀ ਨਾਲ ਮੈਂ ਉਹਨੂੰ ਢੱਕਿਆ। ਉਸ ਤੋਂ ਬਾਅਦ ਇੱਕ ਆਟੋ ਵਾਲਾ ਆਉਂਦਾ ਸੀਗਾ, ਆਟੋ ਵਾਲੇ ਵੀਰ ਦੇ ਮੈਂ ਮੂਹਰੇ ਬਹਿ ਕੇ ਆਟੋ ਦੇ ਮੈਂ ਕਿਹਾ ਵੀਰੇ ਵੀ ਮੇਰੀ ਵਾਈਫ ਬਚਾ ਲਾ, ਮੈਂ ਕਿਹਾ ਮੈਂ ਵੀ ਨਹੀਂ ਮੈਮ ਨੂੰ ਵੀ ਇੱਥੇ ਹੀ ਮਾਰ ਦਿਉ। ਮੈਂ ਕਿਹਾ ਉਹਨੇ ਵਿਚਾਰੇ ਨੇ ਆਪਣੇ 3 ਸਵਾਰੀਆਂ ਉਤਾਰੀਆਂ ਜੀ, ਜੋ ਕਿ ਆਲਮਗੀਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਆ ਰਿਹਾ ਸੀਗਾ, ਉਹਨੇ ਉਤਾਰੀਆਂ। ਮੈਨੂੰ ਕਹਿੰਦਾ ਵੀਰੇ ਜਲਦੀ ਰੱਖ, ਕਹਿੰਦਾ ਮੈਂ ਰੱਖੀ ਉਹਨੇ ਟਾਈਮ ਨੂੰ ਤਾਂ ਉਸ ਚੀਜ਼ ਦੇ ਮੇਰੀ ਵਾਈਫ ਦੇ ਸਾਹ ਮੁੱਕ ਗਏ ਸੀਗੇ ਜੀ, ਉਸ ਟਾਈਮ ਤਾਂ ਖਤਮ ਹੋ ਗਈ ਸੀ ਉਹ। ਅਤੇ ਜਦੋਂ ਅਸੀਂ ਪ੍ਰੋ ਲਾਈਫ ਹੋਸਪਿਟਲ ਲੈ ਕੇ ਗਏ ਉਹਨਾਂ ਨੂੰ, ਉੱਥੇ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ। ਡਾਕਟਰ ਕਹਿੰਦਾ ਵੀ ਜੇ ਤੁਸੀਂ ਇਹਨੂੰ 10-15 ਮਿੰਟ ਪਹਿਲਾਂ ਲਿਆਂਦੇ ਸ਼ਾਇਦ ਮੈਂ ਇਹਨਾਂ ਲਈ ਕੁਛ ਕਰ ਸਕਦਾ ਸੀਗਾ, ਵੀ ਇਸ ਟਾਈਮ ਮੇਰੇ ਕੋਲ ਤੁਸੀਂ ਡੈੱਡ ਲੈ ਕੇ ਆਏ ਹੋ, ਮੈਂ ਕੁਛ ਨਹੀਂ ਕਰ ਸਕਦਾ। ਅਤੇ ਮਤਲਬ ਮੈਨੂੰ ਇੰਨਾ ਕੁ ਉਹਦਾ ਸਦਮਾ ਸੀਗਾ, ਅਤੇ ਮੈਂ ਤਿੰਨ ਮਹੀਨੇ ਮੈਂ ਰੋਟੀ ਪਾਣੀ ਤੋਂ ਮੂੰਹ ਮੋੜੀ ਰੱਖਿਆ ਆ, ਕੋਈ ਕੰਮ ਤੋਂ ਸਾਰੇ ਕਸ ਤੋਂ, ਪਰ ਜ਼ਿੰਦਗੀ
एक सच दसा एक नरक है वो बिना मैं ही काम से जाता है साढ़े तो मेन रोड पैंदा आ मेन रोड जो आए हो तो पैंता है उन्हें इतने बाहर गेट पर खड़ जाना जब तक मैं उन्होंने दिखना बंद नहीं होना है उन्हें मैं बाय करी जाना चाहे मेरे ना कोई भी है चाहे फादर साहब आ चाहे कोई मेरा रिलेटिव आ उन्हें बाय करी जाना तो उस तो बाद उन्होंने असं बाजार गए उन्होंने एक रिंग पसंद आ जाती है 250 की क्या कहें राजू मैं लैनी है चलो उस टाइम मेरे को ना पैसे नहीं सी तो सिर मैं एक बार उन्होंने कहा मैं लखवीर मैं अफोर्ड नहीं कर सकता इस टाइम भी रब ने चाहिया तो इस तो 250 की रिंग छड मैं 2.5 लाख की तैनू लै दूंगा तो मैं अज लैके दे सकता अज परमात्मा ने समा मैं देता पर मेरे तो वह खोली एक साल कंप्लीट होया उस टाइम तो इन्हों का टैटू बनवाया मैं सिर्फ एक यादगिरी उन्हों की क्योंकि इदा की रूह मैनू जिंदगी दोबारा नहीं मिलनी ज मैं इदा का परसन दोबारा देख नहीं सकता किसी को तो मैं लोग बथेरे कहते थे भी नहीं तू ये काम नहीं करना है तू टैटू नहीं बनवाना है टैटू बनवाएगा तेरी जो गाह लाइफ के तू मूव ऑन करेगा या तेरे गाह कोई परसन आएगा तेरी लाइफ के भी वह चीज़ में नहीं सही समझूगा पर मेरी एक सोच सी भी जे वह चीज़ में समझ वो ये चीज़ में नहीं समझ सकता तो मैनू भी नहीं समझ सकता एक दिन भी मैं कहना मेरी निगाह के मैं उस चीज़ पर माण करता हाँ भी मेरी वाइफ रह के गई है वो एक दिन भी मेरे फादर साहब न मेरे मदर कोई ब्रदर न यह चीज़ नहीं कहनी पी भी हाँ सानू रोटी नहीं मिली सानू रोटी दे फादर साहब का जिदा हूँ साल कंप्लीट होया जी फादर साहब न उदने एक साल मैं दसता मैं अच्छ साल कंप्लीट हो गया क्या मैंने पता है उदने उन्होंने मेरी रोटी खाधी साढ़े घर के उदने रोटी नहीं असी खाधी गई जी भी मेरी नानी सी मेरी नानी के ना सिर उन्होंने माता हो गई सी साढ़े को दो तीन महीने रह के गए वो काफ़ी ज़्यादा उन्होंने बढ़ गया सिर का कम जी मैं कहना उन्होंने जख्म हो गए थे सिर के जिदा कि आप कहने गल जाता ना एक चीज़ गल गई सी तो मेरी लखवीर ने कभी भी उन्होंने सिर के हाथ के नाल उन्होंने क्रीम लानी कभी भी उन्हें कदे नहीं सोचा सगा भी है ना गलिया होया है जब मैं क्यों हाथ लाव 1% का भी ना कोई गरूर ना कुछ नहीं इदा इदा की कोई गल नहीं सी पर फिर भी रब ने साढ़े तो खोली बहुत करती साढ़े त्यो बहुत करती सी असं तो अपनी बना के लिया साड़ी अपनी कुड़ी है पर मालिक ने गुरु घर जाते हैं तो उम्र तो फिर आ खुश हो गया वह तो कहनी होंगी जी मैं अपने माँ प्यो नहीं याद करती है आ मैं मिल गए पर सानू घाटा बहुत पेगा मेरी लास्ट वो एक गल हों फोन पर कहती कल मेरा अकाउंट खुलवा दोगे मैं क्यों कहती जो बचत होंगी है भी चलो मैं ना सिलाई सलुई करके जो कर दी हाँ भी मैं वो जमा करवा दिया करूँगी चलो मैं कोई गल नहीं मैं उन्होंने हसदा हाँ मैं कोई गल नहीं तेरा कल सवेरे मैं खाता खुलवा दूंगा नाले तेरे अकाउंट के मैं 1 लाख रुपया जमा करवा दूंगा तो कहती आहो कहती तुम्हें पता आ भी 1 लाख रुपया जो मैं जमा करवा भी दूंगा तो कढ़वाना तो मेरे नाल जाके ही है ने इन्हें कि किसी के नाल चले जाना आ चलो इदा हसदी है मेरे ना फोन पर बहुत हसदी है गल करन तो बाद समाइल उहदी उही फोन दे विच मेरे रिकॉर्ड आ असीं आने गुरुद्वारा साहब तो बस आह काम हुंदा आ उस दिन तो बाद साडे जो भी अज तक का विछोड़ा साडा नहीं कंप्लीट होया मेरी लाइफ बहुत चेंज हुई है जी उस तो बाद मैं 10 बजे काम से जाता हूँ हूँ मैं 7 बजे निकल जाता हाँ मैं कि सहारे बैठना आ तो दोपहरे रोटी खाने आता मैं 2-2 घंटे नहीं 3-3 घंटे नहीं मुड़ता हूँ पर अज मैं दोपहरे भी घर नहीं आता है जो भी अपना काम तो सारा कर कुर के कंप्लीट कर लेना है बहुत बारी होया जी 12-1 बज जाता तो उन्हें रोटी नहीं खानी जी उन्हें भुखी सो जाना चाहे मैं 3 बजे आवा चाहे मैं 2 बजे आवा उन्हें राती रोटी मेरे नाल ही खानी कभी भी नहीं रोटी उन्हें यही नहीं है भी एक फुरकी भी खा के देख लूँ जब मैं कह दूंगा भी चलो भुख लगी हुई थी भी अद्धी खा के है ना माड़ा मोटा अपने आप को सैट कर लिया पर नहीं जिनी मर्जी भुख लगी आवे पर उन्हें खानी मेरे नाल ही है कई बार इदा हुंदा सी सारी सारी दिहाड़ी मेरी काम से लंघ जाती सी मैं दोपहरे भी नहीं खाना आता हुंदा सीगा फिर उन्हें दोपहर की रोटी भी नहीं खानी जे रात में भी मैंने 12-1 बज गया तो उन्हें रात की भी मेरे नाल ही खानी है कभी भी मतलब यह नहीं होया अज 2 साल हो गए थे सानू 2 सालों के असी कद अलग अलग रोटी नहीं खाधी सी उन्होंने पहली बुरकी मेरे मूँह के पानी ता कि जाके उन्होंने आपकी रोटी खानी कम शुरू करनी है जो पापा भी कम तो आना उन्होंने यही नहीं है भी उन्होंने पानी का गिलास मंगना पै जाएगा पापा एक बार पापा मेरे हार्ट के मरीज ने गए इन्ने बीमार हो गए तो उस टाइम भी कोई मतलब चांस नहीं पापा के भी बचण के क्योंकि पैर भी सुज गए से उन्होंने तो इन अरदासा जिमें पाठ करते डेली उन्होंने चीज़ा करके मैं कहना सारे अज सलामत हैं पर खुद वो पता नहीं इदा क्यों होया उन्हें सिलाई की वो हजे भी सिलाई मशीन मैं सामभ के रखी हुई है वह एक भी सूट तक भी मैंने लोगों ने बथेरिया ने कहा कहें वह यार जो भी समान है वह सिट दे कुछ दे पर मैं अज तक भी ना वह एक सूट तो लैके एक सूई तक भी वो सिटी नहीं हैगी सारी यादगिरी मैं अपने रूम के संभाल के रखी हुई है वो रूम के कपड़े भी पे आ जो भी हार सिंगार का समान सगा मैं एक पैसे का नहीं सिटिया है सारा उदा ही पाया वा हले अज तक वो यादा ना ही मैं ज्यो रहा हूँ सत श्री अकाल
मैं हाँ तुहाडे नाल जसप्रीत। अज तुहानू राजवीर वीर की कहानी सुनाण जा रहे हां। 2 साल पहला वीर हुणा दा विआह हुंदा है, जिंदगी वधिया चलती हुंदी आ, पर 2 साल बाद एक एक्सीडेंट दे विच भैण हुणा दी मौत हो जाती है। छोटी जी बच्ची इन्हां दी भतीजी आ, वह भी नाल हुंदियां, उहदियां लत्तां टुट जांदियां ने। ते जदों एक्सीडेंट हुंदा आ, साह चलदे हुंदे आ, वीर हुणे लोकां दे मिन्नतां करदे ने कि मेरी वाइफ नूं होस्पिटल तक लै जाओ, पर उत्थे कोई भी इहोजा शख्स नहीं सी जिहदे विच इनसानियत जिंदा होवे। पर जदों तक होस्पिटल लैके जाते हैं भैन हुणा की मौत हो जाती है। गलबात करते हैं वीर जी, साढ़े नाल मौजूद है, सब तो पहले स्वागत कर लें वीर जी, बहुत बहुत स्वागत। सत श्री अकाल जी। आंटी जी सत श्री अकाल। सत श्री अकाल जी। वीर कदों मैरिज होंगी है थोड़ी? साड़ी मैरिज लॉकडाउन तो ना 2 महीने बाद होंगी है, जदों के सरकार बनियो मतलब बरात बरूत लैके जाने का उदा मना सी। असं 20 बंदे गए थे उतों, 23 तरीक 9वां महीना 2020 के मेरी मैरिज होंगी आ। तो बहुत वधिया लाइफ पार्टनर एक उस डेट के मैं मिल गया सी, जो कि लाइफ अगे वधाने वास्ते हर एक बंदे नू हर एक परसन चाहिए होंगे आ। बहुत वधिया लाइफ चलती सी जी, तो बहुत वधिया पल लंघते भी सी, दुख सुख के भी वधिया लाइफ पार्टनर सी। बस एक एक्सीडेंट हों हनू मेरी साढ़े ना कोई रिलेटिव सी जी, उन्होंने सानू दस पाई सी लखवीर बारे। तो चलो असी क्या उन्होंने कहते भी देख दखैया कर लो, चलो उन्होंने देख गए है ना। तो उन्होंने मैनू देखा, मैं उन्होंने देखा, एक दूजे को वधिया असी पसंद आए। तो किसी वैसे ही उन्होंने चलो मेरे तो नंबर लिया, कहते भी जे बाई चांस कोई गलबात मेरे तो पूछनी हुई या तुम मैं कुछ दसना होया ना भी तो इस नंबर पर दस सकते हो। उन्होंने गलबात हुई, तो किसी ने बिच ही किसी ने जिदा कि पिंड के बिचों ला लो या कोई उदा रिलेटिव ला लो, किसी ने उन्होंने कहता भी मुंडा तो क्रेन चला है ना भी नशा पत्ता करता आ। तो उदा ही मैनू उन्होंने प्रति किसी ने कहता भी नहीं कुड़ी तो आखे डांस कर डांस डूंस करती है। हालांकि वो मेरे नाल 2 साल रह के गई है, मैनू पता आ भी कभी भी जिंदगी दे विच ये चीज़ा तो उन्हें करिया भी नहीं, प्लस संसीयर बहुत सी। तो उस तो बाद चलो मैं उन्होंने पूछा, उन्होंने मैनू पूछा यही चीज़ भी तुम नशा नुशा करते हो, उन्होंने यही चीज़ कही, कहती मेरे फादर साहब भी ड्रिंक करते सीगे भी, मेरे ब्रदर भी करते ने गे भी, राजवीर कित इदा की गल ना हो जाए भी जिदा की जिंदगी मैं निकल के आ रही है ना, तुम मैं उदा की जिंदगी मैनू दुबार तो तुम वो कर दो। मैं क्या भी इदा की कोई गल नहीं, जे तू बाई चांस मेरे ते ट्रस्ट करके मेरी लाइफ च आएगी भी मैं तेरा ट्रस्ट तोड़ूंगा नहीं, सारी जिंदगी तेरे नाल मैं तेरा माण बधाऊंगा, कोई इदा की गल नहीं हैगी। तो बाकी जो मैनू पता लग्या सीगा मैं उन्होंने पूछा, तो कोई रिलेटिव सीगे उन्होंने आके दस्या सीगा, कहिंदे भी नहीं वो कुड़ी तां अखे डांस डूंस करती है। तो यही गल मैं उन्होंने चलो फोन ला के पूछी, मैं क्या भी मैंने ये सुनने आया आ किसी ने दस्या आ, वो कहिंदे भी जे तो मेरे ते ट्रस्ट करके चलोंगे तो जिंदगी तुहाडे नाल मैं जो भी दुख सुख आऊगा तुहाडे नाल मैं करार रहूँगी, कोई दिक्कत नहीं हैगी, तुहाडे नाल खड़ी रहूँगी, बाकी तुहाडी मर्जी है। जो ऑप्शन मैं उन्होंने दित्ती सी भी तुसीं अग्गे तुहाडी मर्जी है, तो उदा ही उन्होंने मैनू कहा। तो चलो असी दोनों ने डिसीजन लिया, घर दे तां चलो कहण लग गए, उन्होंने भी कहण लग गए, मेरे भी कहण लग गए भी नहीं रिश्ता करना नहीं हैगा आपां। तो पर असी दोनों साढ़े दोनों जिद सी साड़ी फोन पर जो भी गल हुई सी, कोई गल नहीं भी एक देखांगे, कोई गल नहीं जो भी हैगा है ना जिंदगी तोरांगे अगे। तो चलो इदा ही असी अड़ के उन्होंने अपने घर दे मना ले, मैं अपने मना ले, साड़ी मैरिज हो जाती है जी। तो मैरिज होने तो बाद महीना क 1.5 महीना बाद, वह क्योंकि लॉकडाउन लगे करके कुछ पैसे की भी तंगी सी उस टाइम, कुछ जो माड़ा मोटा सीगा वो मैरिज ते लग गया सीगा। तो उस तो बाद उन्होंने असी बाजार गए, उन्होंने एक रिंग पसंद आ जाती है 250 की, वो रिंग पसंद आती है। तो चलो उन्होंने मैंने कहा, कहते राजवीर मैं लैनी है। चलो उस टाइम मेरे को ना पैसे नहीं सीगे, मैं उन्होंने कहा, मैं क्या भी मैं अफोर्ड नहीं कर सकता इस टाइम इस चीज़ को भी आप नहीं लै सकते। चलो उन्हों का कुछ मूड तो ऑफ होया, पर जो घर आए ने मैं उन्होंने समझाया, मैं क्या भी अपने को इस टाइम भी इदा करके मेरी इस स्थिति चलती है, एक तो लॉकडाउन लग्या हो 3-4 महीने तो उदा ही आप घर बैठे हाँ, तो एक संसीयर सी समझी उस चीज़ को। चलो उन्हें की किया अपने है ना पेके तो एक सिलाई मशीन उत्थे सिलाई सलूई करती सी, उन्होंने सिलाई मशीन इतने मंगाई। तो आंढ गुआंढ जिदा कि उत्थे भी जेड़े अपने पेके भी किसी सिलाई सलूई करती, जिन्हें उन्होंने सूट फड़ने स्टिचिंग करने सिलाई करने शुरू करते, उन्हें कुछ उन्हें मैंने बहुत हंदा लाया उस चीज़ ने। तो उस तो बाद मेरा ड्रीम सीगा कि मैं अपनी क्रेन लवा, मैं उस टाइम नौकरी करता सीगा जी। तो मैं उन्होंने पूछा, कहिंदे भी तुहाडा ड्रीम की है, मैं कहा मेरा ड्रीम यही है भी मैं एक क्रेन लैनी है अपनी लैनी आ भी इस टाइम मैं नौकरी करदा पर मेरी अपनी होवे। चलो उन्हें कहा भी तुसीं भी जोड़ो, तो मैं भी कुछ जोड़दी हाँ जो भी सिलाई करदी हाँ। मैं 1 रुपया भी उन्हें एक फजूल खर्ची आप ला लीए भी उन्हें कभी नहीं किया है।
ਅਤੇ ਮੈਂ ਵੀ ਕੋਈ ਨਸ਼ਾ ਨਹੀਂ ਸੀਗਾ ਜੀ ਮੈਨੂੰ, ਮੈਂ ਤਾਂ ਇੱਕ ਜਰਦਾ ਤੱਕ ਨਹੀਂ ਖਾਂਦਾ ਹੈਗਾ। ਜੋ ਵੀ ਮੇਰੀ ਇਨਕਮ ਸੀਗੀ 15-18 ਹਜ਼ਾਰ ਰੁਪਇਆ ਉਹ ਮੈਨੂੰ ਆਉਂਦੀ ਹੀ ਸੀਗੀ, ਘਰ ਦਾ 5-7 ਹਜ਼ਾਰ ਖਰਚਾ ਕੱਢ ਕੇ 10-12 ਹਜ਼ਾਰ ਮੈਨੂੰ ਬਚ ਜਾਂਦਾ ਸੀਗਾ। ਉਹ ਅਸੀਂ ਕੁਛ ਉਹਨੇ ਜੋੜੇ ਕੁਛ ਮੈਂ ਜੋੜੇ, ਅਸੀਂ ਕਰੇਨ ਆਪਣੀ ਲਈ ਜੀ। ਆਪਣੀ ਕਰੇਨ ਲੈਣ ਤੋਂ ਬਾਅਦ ਉਹਨੂੰ ਆਦਤ ਸੀਗੀ ਜੀ, ਜਿੱਦਾਂ ਕਿ ਹਰ ਸੰਡੇ ਉਹਨੇ ਗੁਰਦੁਆਰਾ ਸਾਹਿਬ ਵੀ ਜਾਣਾ ਵਾ, ਹੋਰ ਕਿਤੇ ਵੀ 2 ਸਾਲ ਦੇ ਵਿੱਚ ਉਹ ਕਿਤੇ ਵੀ ਨਹੀਂ ਗਈ। ਜਦੋਂ ਮੈਰਿਜ ਹੋਈ ਉਸੇ ਦਿਨ ਗੁਟਕਾ ਸਾਹਿਬ ਉਹ ਆਪਣੇ ਨਾਲ ਲੈ ਕੇ ਆਈ ਇਸ ਘਰ ਦੇ ਵਿੱਚ, ਅਤੇ ਉਹਨੇ ਆਉਂਦੀ ਨੇ ਸੁਬਾਹ ਅਤੇ ਸ਼ਾਮੀ ਉਹਨੇ ਸਵੇਰੇ ਜਪਜੀ ਸਾਹਿਬ ਦਾ ਅਤੇ ਰਾਤੀ ਰਹਿ ਰਾਸ ਦਾ ਪਾਠ ਕਰਨਾ ਉਹਨੇ ਸ਼ਾਮੀ, ਰੂਟੀਨ ਸੀਗੀ ਜੀ ਉਹਦੀ, ਉਹਨੇ ਪਾਠ ਕਰਨਾ ਹੀ ਕਰਨਾ ਆ। ਫਿਰ ਉਹਨੇ ਮੈਨੂੰ ਇੱਕ ਦਿਨ ਕਿਹਾ, ਕਹਿੰਦੀ ਆਪਾਂ ਘੁੰਮਣ ਜਾਣਾ ਆ, ਕਰੇਨ ਦੇ ਕੰਮ ਕਰਕੇ ਮੈਨੂੰ ਛੁੱਟੀ ਨਹੀਂ ਮਿਲੀ, ਚਲੋ। ਅਤੇ ਫਿਰ ਉਸ ਦਿਨ ਤੋਂ ਮੈਂ ਉਹਨੂੰ ਕਹਿਤਾ ਸੀਗਾ, ਮੈਂ ਕਿਹਾ ਕੋਈ ਗੱਲ ਨਹੀਂ ਵੀ ਕਰੇਨ ਆਪਣੀ ਆ ਲੈਣ ਦੇ, ਮੈਨੂੰ ਸੈੱਟ ਹੋ ਲੈਣ ਦੇ, ਜਿੱਥੇ ਕਿਹਾ ਕਰਾਂਗੇ ਮੈਂ ਉੱਥੇ ਤੈਨੂੰ ਘੁਮਾਉਣ ਲੈ ਜਾਇਆ ਕਰਾਂਗਾ। ਪਰ ਤਕਦੀਰ ਨੂੰ ਕੁਛ ਹੋਰ ਮਨਜ਼ੂਰ ਸੀਗਾ, ਸਾਡੀ ਕਰੇਨ ਵੀ ਆ ਗਈ, ਸਾਡਾ ਸਾਰਾ ਕੁਛ ਹੋ ਗਿਆ। ਕਰੇਨ ਲੈਣ ਤੋਂ 2 ਮਹੀਨਾ ਕੁ ਬਾਅਦ ਨਾ ਮੇਰੀ ਮੰਮਾ ਦੇ ਜਿੱਦਾਂ ਕਿ ਪਿੱਤੇ ਦੇ ਵਿੱਚ ਪੱਥਰੀ ਸੀਗੀ, ਉਹ ਪੱਥਰੀ ਜ਼ਿਆਦਾ ਟਾਈਮ ਤੋਂ ਹੋਣ ਕਰਕੇ ਇਹਨਾਂ ਦਾ ਪਿੱਤਾ ਜੋ ਕਿ ਗਲ ਗਿਆ ਸੀਗਾ ਬਿਲਕੁਲ ਹੀ, ਡਾਕਟਰਾਂ ਨੇ ਕਹਿਤਾ ਸੀਗਾ ਵੀ ਆਪਰੇਟ ਹੀ ਹੋਣਾ ਵਾ। ਅਤੇ ਉੱਧਰੋਂ ਤਾਂ ਕਰੇਨ ਲਈ ਸੀਗੀ, ਉੱਧਰੋਂ 1 ਮਹੀਨੇ ਦੇ ਵਿੱਚ ਵਿੱਚ ਮੰਮੀ ਦਾ ਆਪਰੇਟ ਕਰਵਾਉਣਾ ਸੀ। ਡਾਕਟਰਾਂ ਨੇ ਖਰਚਾ ਦੱਸਿਆ 50,000 ਰੁਪਈਆ, ਅਤੇ ਜਦੋਂ ਖਰਚਾ ਉਹ ਚੀਜ਼ ਦਾ 50,000 ਦੱਸਿਆ, ਚਲੋ ਉਹਨਾਂ ਨੇ ਸਿਲਾਈ ਸਲੂਈ ਜੋ ਵੀ 5-7 ਹਜ਼ਾਰ 10 ਹਜ਼ਾਰ ਜੋੜਿਆ ਹੋਇਆ ਸੀ ਉਹਨਾਂ ਨੇ ਹੈਲਪ ਕੀਤੀ, ਕੁਛ ਮੈਂ ਚਲੋ ਆਪਣਾ ਜੋ ਵੀ 1 ਮੰਥ ਦੇ ਵਿੱਚ ਕਰੇਨ ਤੋਂ ਕੰਮ ਕਰਕੇ ਕਮਾਏ ਸੀਗੇ ਉਹ ਮੰਮਾ ਦਾ ਅਸੀਂ ਅਪਰੇਟ ਕਰਵਾਇਆ। ਅਤੇ ਮੈਂ ਤਾਂ ਕੰਮ 'ਤੇ ਸੀਗਾ, ਮੰਮਾ ਦੇ ਦਰਦ ਉੱਠ ਖੜਿਆ ਉਹ ਹੀ ਲੈ ਕੇ ਗਈ ਆ, ਸਕੈਨ ਵੀ ਉਹਨਾਂ ਨੇ ਕਰਵਾਈ ਸੀਗੀ ਪਲੱਸ ਐਡਮਿਟ ਵੀ। ਉਹਨਾਂ ਨੇ ਮੈਨੂੰ ਕਾਲ 'ਤੇ ਜ਼ਰੂਰ ਦੱਸਤਾ ਸੀਗਾ ਵੀ ਰਾਜਵੀਰ ਮੰਮਾ ਦੇ ਦਰਦ ਹੁੰਦਾ ਵਾ, ਮੈਂ ਉਹਨਾਂ ਨੂੰ ਐਡਮਿਟ ਕਰਵਾ ਦੇਣੇ ਆ ਵੀ ਨਾਲੇ ਆਪਾਂ ਅਪਰੇਟ ਕਰਵਾਉਣਾ ਹੀ ਕਰਵਾਉਣਾ ਵਾ ਮੰਮਾ ਦਾ ਅੱਜ। ਚਲੋ ਮੈਂ ਅਪਰੇਟ ਵੀ ਉੱਥੇ ਜਦੋਂ ਉਹਨਾਂ ਨੇ ਗਿਆ ਮੈਂ ਉਹਨਾਂ ਨੇ ਐਡਮਿਟ ਕਰਵਾਏ ਹੋਏ ਸੀਗੇ, ਅਤੇ ਉਸ ਤੋਂ ਬਾਅਦ ਅਪਰੇਟ ਦਾ ਜਿੰਨਾ ਵੀ ਦੇਖਭਾਲ ਸਾਰੀ ਉਹਨਾਂ ਨੇ ਹੀ ਕੀਤੀ ਆ। ਮੈਂ ਇਹਦੇ ਅਪਰੇਟ ਹੋਣ ਤੋਂ ਬਾਅਦ ਵੀ ਜੋ ਇਹਨਾਂ ਦਾ ਘਰ ਪ੍ਰੋਸੈਸ ਚੱਲਦਾ ਸੀਗਾ ਜਿੱਦਾਂ ਨਹਾਉਣਾ ਜਾਂ ਕੁਛ ਖਾਣ ਪੀਣ ਦਾ ਸਾਰਾ ਉਹਨਾਂ ਨੇ ਦੇਖ ਰੇਖ ਆਪਣੀ ਬਹੁਤ ਵਧੀਆ। ਮੈਂ ਕਹਿੰਦਾ ਵੀ ਜੇ ਕੋਈ ਹੋਰ ਹੁੰਦਾ ਤਾਂ ਇੰਨੀ ਸ਼ਾਇਦ ਨਾ ਕਰਦਾ ਜਿੰਨੀ ਉਹ ਕਰਕੇ ਗਈ ਹੈ, ਪਤਾ ਨਹੀਂ ਤਾਂ ਸਮਾਂ ਥੋੜ੍ਹੇ ਕਰਕੇ ਕਰ ਗਈ ਉਹ, ਪਰ ਬਹੁਤ ਕਰਦੀ ਸੀ। ਜਿੱਦਾਂ ਪਾਪਾ ਵੀ ਕੰਮ ਤੋਂ ਆਉਣਾ ਉਹਨਾਂ ਨੇ, ਅਤੇ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਪਾਣੀ ਦਾ ਗਲਾਸ ਮੰਗਣਾ ਪੈ ਜਾਏਗਾ ਜਾਂ ਹੈ ਨਾ, ਉਹਨਾਂ ਨੇ ਆਪ ਸਾਰੀ ਉਹਨਾਂ ਦੀ ਦੇਖ ਰੇਖ ਕਰਨੀ, ਅਤੇ ਬਹੁਤ ਵਧੀਆ ਲਾਈਫ ਪਾਰਟਨਰ ਸੀਗਾ ਜੀ। ਉਸ ਤੋਂ ਬਾਅਦ ਪਾਪਾ ਇੱਕ ਵਾਰੀ, ਪਾਪਾ ਮੇਰੇ ਹਾਰਟ ਦੇ ਮਰੀਜ਼ ਨੇਗੇ, ਇੰਨੇ ਬਿਮਾਰ ਹੋ ਗਏ। ਉਸ ਟਾਈਮ ਵੀ ਮੈਂ ਕੰਮ 'ਤੇ ਸੀਗਾ, ਇਹਨਾਂ ਨੇ ਹੀ ਫੋਨ ਕਰਕੇ ਆਟੋ ਦਾ ਅਰੇਂਜ ਕੀਤਾ, ਜੋ ਵੀ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਨੇ ਉਹਨੂੰ, ਸਾਰਾ ਐਡਮਿਟ ਵੀ ਇਹਨਾਂ ਨੇ ਉਹ ਕੀਤਾ ਸੀਗਾ। ਅਤੇ ਉਸ ਟਾਈਮ ਵੀ ਕੋਈ ਮਤਲਬ ਚਾਂਸ ਨਹੀਂ ਸੀਗੇ ਪਾਪਾ ਦੇ ਵੀ ਬਚਣ ਦੇ, ਕਿਉਂਕਿ ਪੈਰ ਵੀ ਸੁੱਜ ਗਏ ਸੀ ਉਹਨਾਂ ਦੇ, ਪਲੱਸ ਉਹਨਾਂ ਦੇ ਵੈਸੇ ਵੀ ਚਮੜੀ ਦਾ ਜਿੱਦਾਂ ਕਿ ਆਪਾਂ ਉਹਨੂੰ ਲੈਣ ਲੱਗ ਗਈ ਸੀਗੀ। ਅਤੇ ਇਹਨਾਂ ਦੀਆਂ ਅਰਦਾਸਾਂ ਜਿਵੇਂ ਪਾਠ ਕਰਦੇ ਸੀਗੇ ਡੇਲੀ, ਉਹਨਾਂ ਚੀਜ਼ਾਂ ਕਰਕੇ ਮੈਂ ਕਹਿੰਦਾ ਸਾਰੇ ਅੱਜ ਸਲਾਮਤ ਆ, ਪਰ ਖੁਦ ਉਹਦੇ ਨਾਲ ਪਤਾ ਨਹੀਂ ਇੱਦਾਂ ਕਿਉਂ ਹੋਇਆ। ਮੰਮੀ ਦੀ ਵੀ ਸਾਰੀ ਦੇਖ ਰੇਖ ਉੱਦਾਂ ਭਤੀਜੀਆਂ ਸੀਗੀਆਂ 2, ਇਹਨਾਂ ਨਾਲ ਵੀ ਬਹੁਤ ਪ੍ਰੇਮ ਸੀਗਾ, ਜਿੱਦਾਂ ਕਿ ਉੱਠਣ ਦੀਆਂ ਉਹਨੇ ਨਾਲ ਹੀ ਆਪਣੇ ਸਲਾਉਣੀਆਂ, ਆਪਣੇ ਨਾਲ ਹੀ ਉਹਨੇ ਨਵਾਉਣੀਆਂ ਕਰਨੀਆਂ, 1 ਪੈਸੇ ਦੀ ਵੀ ਕਿਸੇ ਨੂੰ ਟੈਨਸ਼ਨ ਨਹੀਂ ਸੀਗੀ ਇਹਨਾਂ ਦੀ, ਅਤੇ ਬਹੁਤ ਪਿਆਰ ਸੀਗਾ। ਉਸ ਟਾਈਮ ਵੀ ਜਿੱਦਣ ਅਸੀਂ ਮੱਥਾ ਟੇਕਣ ਗਏ ਹਾਂ ਗੁਰਦੁਆਰਾ ਸਾਹਿਬ, ਭਤੀਜੀ ਸਾਡੇ ਨਾਲ ਸੀਗੀ, ਅਤੇ ਮੱਥਾ ਅਸੀਂ ਵਧੀਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਹੈ, ਜੋ ਵੀ ਪਾਠ ਕਰਦੀ ਸੀ ਤਾਂ ਪਾਠ ਕੀਤਾ ਉਹਨੇ। ਉਸ ਤੋਂ ਬਾਅਦ ਅਸੀਂ ਵਾਪਸੀ ਆਉਂਦੇ ਸੀਗੇ ਜੀ, ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਅਗਾਂਹ ਆਏ ਹੋਣੇ ਆ, ਇੱਕ ਤੇਜ਼ ਰਫ਼ਤਾਰ ਕਾਰ ਆਉਂਦੀ ਆ ਪਿੱਛੋਂ, ਬਹੁਤ ਹੀ ਲਾਪਰਵਾਹੀ ਨਾਲ ਬੰਦਾ ਚਲਾ ਕੇ ਲੈ ਕੇ ਆਇਆ, ਉਹਨੂੰ ਡਰਿੰਕ ਕੀਤੀ ਹੋਈ ਸੀਗੀ, ਉਹਨਾਂ ਨੇ ਪਿੱਛੋਂ ਜਿੱਥੇ ਬਾਈਕ 'ਤੇ ਉਹ ਬੈਠੇ ਸੀਗੇ ਉਹਨਾਂ ਨੇ ਹਿੱਟ ਕਰਤਾ ਉੱਥੇ। ਹਿੱਟ ਹੋਣ ਨਾਲ ਉਹ ਪਿੱਛੇ ਉਹਨਾਂ ਦੀ ਗੱਡੀ ਦੇ ਵਿੱਚ ਵੱਜ ਕੇ, ਗੱਡੀ ਦੇ ਵਿੱਚ ਉਹਨਾਂ ਦਾ ਵਾਈਪਰ ਲੱਗਾ ਹੁੰਦਾ ਜਿਹੜਾ ਮੋਟਰ ਵਾਲਾ, ਉਹਨਾਂ ਦੀ ਬੱਖੀ ਦੇ ਵਿੱਚ ਵੜ ਗਿਆ, ਬੱਖੀ ਦੇ ਵਿੱਚ ਉਹਨਾਂ ਨੇ ਨਾ ਆਂਦਰਾਂ ਬਾਹਰ ਕੱਢ ਲਿਆਂਦੀਆਂ ਜੀ ਉਹਦੀਆਂ, ਅਤੇ ਉਸ ਤੋਂ ਬਾਅਦ ਗੱਡੀ ਦੇ ਉੱਪਰ 'ਚ ਉਹ ਜਦੋਂ ਟੱਪ ਕੇ ਗਏ ਉਹਨਾਂ ਦਾ ਸਿਰ ਥੱਲੇ ਹਿੱਟ ਹੋ ਗਿਆ, ਸਿਰ ਥੱਲੇ ਲੱਗਣ ਨਾਲ ਉਹਨਾਂ ਦੇ ਸਿਰ ਖੁੱਲ੍ਹ ਗਿਆ ਜੀ। ਉਸ ਟਾਈਮ ਬਲੱਡ ਕਾਫੀ ਆਉਣ ਲੱਗ ਗਿਆ ਉਹਨਾਂ ਦੇ, ਚਲੋ ਇਹ ਬੱਚੀ ਸੀਗੀ ਨਾਲ, ਇਹਦਾ ਪਤਾ ਨਹੀਂ ਲੱਗਿਆ ਹੈਗਾ ਵੀ ਕਿੱਧਰ ਗਈ ਕਿੱਧਰ ਨਹੀਂ, ਜਦੋਂ ਉਹਨਾਂ ਨੇ ਆਪਣੇ ਹੱਥੋਂ ਛੱਡੀ। ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਇੰਨਾ ਯਾਦ ਆ ਵੀ ਬੰਦਿਆਂ ਨੇ ਮੈਨੂੰ ਗੱਡੀ ਦੇ ਥੱਲਿਓਂ ਕੱਢਿਆ, ਕੱਢ ਕੇ ਜਦੋਂ ਮੈਂ ਦੇਖਿਆ ਮੈਂ ਕਿਹਾ ਮੇਰੀ ਵਾਈਫ ਕਿੱਥੇ, ਜਦੋਂ ਮੈਂ ਵਾਈਫ ਵੱਲ ਨੂੰ ਭੱਜਿਆ ਉਹਨਾਂ ਇੱਦਾਂ ਪੁੱਠੇ ਪਏ ਸੀਗੇ ਜੀ, ਉਹਨਾਂ ਦੇ ਬਲੱਡ ਸਿਰ ਤੋਂ ਥੱਲੇ ਪੈਰਾਂ ਤੱਕ ਪਾਰ ਕਰ ਚੁੱਕਾ ਸੀਗਾ, ਜੋ ਵੀ ਪੇਟ ਦੀਆਂ ਨਾਲਾਂ ਸੀਗੀਆਂ ਉਹ ਬਾਹਰ ਨਿਕਲੀਆਂ ਹੋਈਆਂ ਸੀਗੀਆਂ। ਮੈਂ ਉਹਨਾਂ ਨੂੰ ਜਦੋਂ ਜਾ ਕੇ ਪਲਟਿਆ ਤਾਂ ਮੇਰੇ ਇੰਨਾ ਹੱਥ ਉਹਨਾਂ ਦੇ ਹੈੱਡ ਦੇ ਵਿੱਚ ਵੜ ਗਿਆ ਸੀਗਾ, ਇੰਨਾ ਉਹਨਾਂ ਦੀ ਹਾਲਤ ਖਰਾਬ ਸੀਗੀ। ਚਲੋ ਮੈਂ ਉਹਨਾਂ ਨੂੰ ਦੇਖ ਕੇ ਮੈਂ ਗੱਡੀ ਵਾਲਿਆਂ ਵੀ ਨਹੀਂ ਭੱਜਿਆ, ਗੱਡੀ ਵਾਲਿਆਂ ਨੂੰ ਮੈਂ ਜਾ ਕੇ ਕਿਹਾ, ਮੈਂ ਕਿਹਾ ਵੀਰੇ ਮੇਰੀ ਵਾਈਫ ਆ, ਮੈਂ ਕਿਹਾ ਉਹਨੂੰ ਬਚਾ ਲਓ ਵੀ, ਤੁਸੀਂ ਪ੍ਰੋ ਲਾਈਫ ਹੋਸਪਿਟਲ ਆ ਸਾਡੇ ਇੱਥੇ, ਮੈਂ ਕਿਹਾ ਤੁਸੀਂ ਉੱਥੇ ਉਤਾਰ ਦਿਓ ਵੀ ਸਾਰਾ ਖਰਚਾ ਮੈਂ ਆਪ ਕਰ ਲਵਾਂਗਾ, ਤੁਸੀਂ ਨਿਕਲ ਜਿਓ।
ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ, ਉਹਨਾਂ ਨੇ ਦੋ ਜਣਿਆਂ ਨੇ ਜਿਹੜਾ ਨਾਲ ਕਨੈਕਟਰ ਸਾਈਡ 'ਚ ਇੱਕ ਸਾਈਡ ਬੈਠਾ ਸੀਗਾ ਡਰਾਈਵਰ ਦੇ ਨਾਲ, ਉਹ ਉਤਰ ਕੇ ਆਇਆ ਜੋ ਕਿ ਹੈੱਡਲਾਈਟ ਉਹਦੀ ਟੁੱਟੀ ਸੀਗੀ ਗੱਡੀ ਦੀ, ਉਹਨੇ ਮੇਰੇ ਸਿਰ 'ਚ ਮਾਰੀ ਆਉਂਦੇ ਨੇ, ਮੈਂ ਇੱਧਰ ਸਾਈਡ ਡਰਾਈਵਰ ਸਾਈਡ ਉਹਦੇ ਕੋਲ ਖੜਾ ਸੀਗਾ, ਉਹਨੇ ਮੇਰੇ ਸਿਰ 'ਚ ਮਾਰੀ, ਮੇਰੇ ਸਟਿਚਿੰਗ ਹੋਈ ਆ ਸਿਰ 'ਚ, ਉਹਨਾਂ ਨੇ ਕੀ ਕਰਿਆ ਗੱਡੀ ਭਜਾ ਕੇ ਲੈ ਗਏ, ਉਹ ਗੱਡੀ ਭਜਾ ਕੇ ਲੈ ਗਏ ਜੀ, ਚਲੋ ਉਹ ਚਲੇ ਗਏ, ਮੈਂ ਫਿਰ ਵਾਈਫ ਵਾਲੀ ਨੂੰ ਭੱਜਿਆ, ਉਹਨਾਂ ਦੇ ਬਲੱਡ ਹੋਰ ਜ਼ਿਆਦਾ ਨਿਕਲਦਾ ਪਿਆ ਸੀਗਾ, ਫਿਰ ਨਾਲ ਹੀ ਗੁਰਦੁਆਰਾ ਸਾਹਿਬ ਜਦੋਂ ਅਸੀਂ ਉੱਥੇ ਆ ਰਹੇ ਸੀਗੇ ਨਾ ਗੁਰਦੁਆਰਾ ਮੱਥਾ ਟੇਕਦੇ ਸੀਗੇ, ਉੱਥੇ ਇੱਕ ਸਰਦਾਰ ਬੰਦਾ ਅਤੇ ਪਲੱਸ ਉਹਦੀ ਵਾਈਫ ਨਾਲ ਸੀਗੀ, ਉਹ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀਗੇ, ਮੇਰੇ ਨਾਲ ਖੜ੍ਹੇ ਸੀਗੇ ਉਸ ਟਾਈਮ, ਉਹਨਾਂ ਦੀ ਗੱਡੀ ਮੈਂ ਆਉਂਦੀ ਦੇਖੀ, ਉਹ ਵਿੱਚ ਬੈਠੇ ਦੇਖੇ, ਮੈਂ ਉਹਨਾਂ ਮੂਹਰੇ ਜਾ ਕੇ ਰੋਡ ਦੇ ਵਿਚਾਲੇ ਬਹਿ ਕੇ ਉਹਨਾਂ ਤੋਂ ਗੋਡਿਆਂ ਭਾਨੇ ਮੈਂ ਹੱਥ ਜੋੜ ਕੇ ਮੈਂ ਰੋਣ ਲੱਗ ਗਿਆ, ਮੈਂ ਕਿਹਾ ਮੇਰੀ ਵਾਈਫ ਵੀ ਇਸ ਟਾਈਮ ਸਾਹ ਚੱਲਦੇ ਆਪਾਂ ਬਚਾ ਸਕਦੇ ਹਾਂ, ਉਹਨੂੰ ਵੀ ਚਲੋ ਤੁਸੀਂ ਮੇਰੇ ਨਾਲ ਹੈ ਨਾ ਹੈਲਪ ਕਰ ਦਿਉ ਵੀ ਆਪਾਂ ਉਹਨੂੰ ਲੈ ਚੱਲਦੇ ਹਾਂ, ਅਤੇ ਉਹ ਮੈਨੂੰ ਕਹਿੰਦੇ ਉਹ ਸਰਦਾਰ ਬੰਦਾ ਜੀ ਮੈਨੂੰ ਕਹਿੰਦਾ ਨਾ, ਕਹਿੰਦਾ ਕੋਈ ਗੱਲ ਨਹੀਂ ਬ੍ਰਦਰ, ਕਹਿੰਦਾ ਤੁਸੀਂ ਚੱਕੋ ਉਹਨਾਂ ਨੂੰ, ਕਹਿੰਦਾ ਮੈਂ ਸਾਈਡ 'ਤੇ ਲਗਾਉਣਾ ਗੱਡੀ, ਮੈਂ ਵਾਈਫ ਨੂੰ ਚੱਕਣ ਗਿਆ ਜੀ, ਜਾਨੂ ਉਹ ਗੱਡੀ ਲੈ ਕੇ ਉਹ ਵੀ ਚਲਾ ਗਿਆ, ਅਤੇ ਲੋਕਾਂ ਦੀ ਭੀੜ ਹੋ ਗਈ ਜੀ, ਲੋਕਾਂ ਦੀ ਭੀੜ ਹੋ ਗਈ, ਘੱਟੋ ਘੱਟ 200-300 ਬੰਦਾ ਖੜ੍ਹਾ ਹੋਣਾ ਆ ਉੱਥੇ, ਲੋਕਾਂ ਨੇ ਕੀ ਕੀਤਾ ਜੀ ਉਹਦੇ ਨਾ ਪਿੱਠ ਤੋਂ ਕੱਪੜੇ ਫਟ ਗਏ ਸੀਗੇ, ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ, ਆਪਣੀਆਂ ਫਲੈਸ਼ਾਂ ਲਾ ਲਾ ਵੀਡੀਓ ਬਣਾਉਣ ਲੱਗ ਗਏ, ਉਹ ਜਦੋਂ ਬੰਦਾ ਭੱਜ ਗਿਆ ਮੈਂ ਗੱਡੀ ਹੋਰ ਕੋਈ ਲੱਭਣ ਲੱਗਿਆ, ਅਤੇ ਨਾ ਕਿਸੇ ਨੇ ਰੋਕੀ ਜੀ, ਸਾਰੇ ਲੋਕ ਤਮਾਸ਼ਾ ਦੇਖਦੇ ਰਹੇ, ਕਿਸੇ ਨੇ ਕਿਸੇ ਇੱਕ ਪੈਸੇ ਦੀ ਹੈਲਪ ਨਹੀਂ ਕੀਤੀ ਹੈਗੀ, ਅਤੇ ਮੈਂ ਕੀ ਕੀਤਾ, ਕਿਸੇ ਨੇ ਉਹਦਾ ਬਦਨ ਨਹੀਂ ਢੱਕਿਆ ਵੀ ਚਲੋ ਉਹਦੀ ਪਿੱਠ ਨੰਗੀ ਹੋ ਗਈ ਹੈ ਨਾ ਐਕਸੀਡੈਂਟ 'ਚ, ਜਿੱਦਾਂ ਕਿ ਉਹਦੇ ਪਲਟੀਆਂ ਖਾਧੀਆਂ, ਉਹਦੇ ਨਾਲ ਉਹਦੇ ਕੱਪੜੇ ਸਾਰੇ ਫਟ ਗਏ ਸੀਗੇ, ਅਤੇ ਸਾਰਿਆਂ ਨੇ ਵੀਡੀਓ ਬਣਾਈ ਆ ਉੱਥੇ, ਹੋਰ ਕਿਸੇ ਨੇ ਇਨਸਾਨੀਅਤ ਇੱਕ ਪੈਸੇ ਦੀ ਨਹੀਂ ਦਿਖਾਈ, ਬਹੁਤ ਬੰਦੇ ਇੱਦਾਂ ਦੇ ਖੜ੍ਹੇ ਸੀਗੇ ਜਿਹੜੇ ਕਿ ਕਰ ਸਕਦੇ ਸੀ ਇਸ ਚੀਜ਼ ਨੂੰ, ਪਰ ਕਿਸੇ ਨੇ ਕੀਤਾ ਨਹੀਂ ਹੈਗਾ, ਮੈਂ ਆਇਆ ਉੱਦਾਂ ਹੀ ਆਪਣੀ ਵਾਈਫ ਦੇ ਕੱਪੜੇ ਮੈਂ ਖੁਦ ਢੱਕੇ ਨੇਗੇ, ਖੁਦ ਉਹਦੀ ਚੁੰਨੀ ਨਾਲ ਮੈਂ ਉਹਨੂੰ ਢੱਕਿਆ, ਉਸ ਤੋਂ ਬਾਅਦ ਇੱਕ ਆਟੋ ਵਾਲਾ ਆਉਂਦਾ ਸੀਗਾ, ਆਟੋ ਵਾਲੇ ਵੀਰ ਦੇ ਮੈਂ ਮੂਹਰੇ ਬਹਿ ਕੇ ਆਟੋ ਦੇ ਮੈਂ ਕਿਹਾ ਵੀਰੇ ਵੀ ਮੇਰੀ ਵਾਈਫ ਬਚਾ ਲਾ, ਮੈਂ ਕਿਹਾ ਮੈਂ ਵੀ ਨਹੀਂ ਮੈਨੂੰ ਵੀ ਇੱਥੇ ਹੀ ਮਾਰ ਦਿਉ, ਮੈਂ ਕਿਹਾ ਉਹਨੇ ਕੀ ਕੀਤਾ ਜੀ, ਉਹਨੇ ਇਨਸਾਨੀਅਤ ਦਿਖਾਈ ਬੰਦੇ ਨੇ, ਮੈਂ ਸਾਰੀ ਉਮਰ ਉਸ ਬੰਦੇ ਦਾ ਕਰਜਾਈ ਹਾਂ, ਉਹਨੇ ਵਿਚਾਰੇ ਨੇ ਆਪਣੇ 3 ਸਵਾਰੀਆਂ ਉਤਾਰੀਆਂ ਜੀ, ਜੋ ਕਿ ਆਲਮਗੀਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਆ ਰਿਹਾ ਸੀਗਾ, ਉਹਨੇ ਉਤਾਰੀਆਂ, ਮੈਨੂੰ ਕਹਿੰਦਾ ਵੀਰੇ ਜਲਦੀ ਰੱਖ, ਕਹਿੰਦਾ ਮੈਂ ਰੱਖੀ, ਉਹਨੇ ਟਾਈਮ ਨੂੰ ਤਾਂ ਉਸ ਚੀਜ਼ ਦੇ ਮੇਰੀ ਵਾਈਫ ਦੇ ਸਾਹ ਮੁੱਕ ਗਏ ਸੀਗੇ ਜੀ, ਉਸ ਟਾਈਮ ਤਾਂ ਖਤਮ ਹੋ ਗਈ ਸੀ ਉਹ, ਅਤੇ ਜਦੋਂ ਅਸੀਂ ਪ੍ਰੋ ਲਾਈਫ ਹੋਸਪਿਟਲ ਲੈ ਕੇ ਗਏ ਉਹਨਾਂ ਨੂੰ, ਉੱਥੇ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ, ਡਾਕਟਰ ਕਹਿੰਦਾ ਵੀ ਜੇ ਤੁਸੀਂ ਇਹਨੂੰ 10-15 ਮਿੰਟ ਪਹਿਲਾਂ ਲਿਆਂਦੇ ਸ਼ਾਇਦ ਮੈਂ ਇਹਨਾਂ ਲਈ ਕੁਛ ਕਰ ਸਕਦਾ ਸੀਗਾ, ਵੀ ਇਸ ਟਾਈਮ ਮੇਰੇ ਕੋਲ ਤੁਸੀਂ ਡੈੱਡ ਲੈ ਕੇ ਆਏ ਹੋ, ਮੈਂ ਕੁਛ ਨਹੀਂ ਕਰ ਸਕਦਾ। ਕਿਸੇ ਨੇ ਇਹ ਬੱਚੀ ਨੂੰ ਮੇਰੇ ਤੱਕ ਪਹੁੰਚਾਇਆ ਜੀ ਉਸ ਹੋਸਪਿਟਲ ਤੱਕ, ਉਹ ਵੀ ਨੇਕ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਪਹੁੰਚਾਇਆ, ਦੋ ਜਣੇ ਮੁੰਡੇ ਸੀਗੇ ਸਕੂਟਰੀ 'ਤੇ ਆਉਂਦੇ ਪਏ ਸੀ, ਉਹ ਕਹਿੰਦੇ ਵੀਰੇ ਇਹਦੀਆਂ ਲੱਤਾਂ ਬਿਲਕੁਲ ਹੀ ਮੁੜ ਗਈਆਂ ਸੀਗੀਆਂ, ਟੁੱਟ ਗਈਆਂ ਸੀਗੀਆਂ, ਅਤੇ ਇਹਨੂੰ ਫਿਰ ਦੀਪ ਹੋਸਪਿਟਲ ਅਸੀਂ ਐਡਮਿਟ ਕਰਵਾਇਆ, ਉੱਥੇ ਉਹ ਕਹਿੰਦੇ ਵੀ ਰਾੜਾਂ ਪੈਣਗੀਆਂ, ਵੀ ਬੱਚੀ ਨਹੀਂ ਸਾਰੀ ਉਮਰ ਤੁਰ ਨਹੀਂ ਸਕਦੀ ਹੈਗੀ, ਫਿਰ ਤਾਂ ਸਾਨੂੰ ਕਿਸੇ ਨੇ ਦੱਸਿਆ ਹਿੰਦ ਹੋਸਪਿਟਲ ਜੀ, ਉੱਥੋਂ ਅਸੀਂ ਬੱਚੀ ਦਾ ਸਾਰਾ ਜੋ ਵੀ ਟ੍ਰੀਟਮੈਂਟ ਉੱਥੋਂ ਕਰਵਾਇਆ ਆ, ਅੱਜ ਬੱਚੀ ਤੁਰਦੀ ਆ, ਅੱਜ ਸਾਲ ਹੋ ਗਿਆ, ਅੱਜ ਸਾਲ ਦੇ ਵਿੱਚ ਬੱਚੀ ਦਾ ਕੰਪਲੀਟ ਹੈ, ਸਾਰਾ ਸਹੀ ਹੈ, ਤੁਰਦੀ ਆ, ਬਟ ਉਹ ਵਾਈਫ ਦਾ ਜੋ ਘਾਟਾ ਉਹ ਮੈਨੂੰ ਸਾਰੀ ਉਮਰ ਨਹੀਂ ਪੂਰਾ ਹੋਣਾ। ਬਾਕੀ ਰਿਲੇਸ਼ਨ ਸਾਡੇ ਨਾਲ ਬਹੁਤ ਵਧੀਆ ਸੀਗੇ, ਬਹੁਤ ਵਧੀਆ ਉਹਨੇ ਮੇਰਾ ਸਾਥ ਦਿੱਤਾ ਆ, ਬਹੁਤ ਵਧੀਆ ਇੱਕ ਲਾਈਫ ਪਾਰਟਨਰ ਜਿੱਦਾਂ ਕਿ ਚਾਹੀਦਾ ਹੁੰਦਾ ਆ ਜ਼ਿੰਦਗੀ ਨਿਗਾਉਣ ਵਾਸਤੇ ਉਹ ਸੀਗੀ, ਪਰ ਸਾਨੂੰ ਮਾਣ ਬਹੁਤ ਸੀਗਾ ਦੋਨਾਂ ਜਣਿਆਂ ਨੂੰ, ਉਹਨੂੰ ਵੀ ਅਤੇ ਮੈਨੂੰ ਵੀ ਸਾਡੇ ਦੋਨਾਂ ਦੇ ਵਿੱਚ ਕੋਈ ਤੀਜਾ ਪਰਸਨ ਆ ਕੇ ਸਾਨੂੰ ਵੱਖ ਨਹੀਂ ਕਰ ਸਕਦਾ, ਜਿੱਦਾਂ ਦੀ ਤੁਹਾਨੂੰ ਦੱਸਿਆ ਵੀ ਸਾਡੇ ਕੰਡੀਸ਼ਨ ਦੇ ਵਿੱਚ ਸਾਡਾ ਵਿਆਹ ਹੋਇਆ ਸੀਗਾ, ਵੀ ਲੋਕ ਬਹੁਤ ਚਾਹੁੰਦੇ ਸੀਗੇ ਕਿ ਇਹਨਾਂ ਦੀ ਮੈਰਿਜ ਨਾ ਹੋਵੇ, ਪਰ ਫਿਰ ਵੀ ਸਾਡੇ ਦੋਨਾਂ ਦਾ ਜੋ ਕਿ ਮਨ ਸੀਗਾ ਅਸੀਂ ਕਰਾਇਆ ਹੈ ਨਾ, ਅਤੇ ਮੈਂ ਕਹਿੰਦਾ ਵੀ ਉਹਨੇ ਖੂਬ ਹੀ ਨਿਭਾਈ ਮੇਰੇ ਨਾਲ, ਵਧੀਆ ਨਿਭਾਈ ਹੈ, ਅਤੇ ਸਾਨੂੰ ਮਾਣ ਇਸ ਚੀਜ਼ ਦਾ ਸੀਗਾ ਵੀ ਸਾਡੇ ਤੀਜਾ ਬੰਦਾ ਕੋਈ ਸਾਨੂੰ ਅਲੱਗ ਨਹੀਂ ਕਰ ਸਕਦਾ, ਪਰ ਉਹ ਪਰਮਾਤਮਾ ਵਿੱਚ ਆ ਕੇ ਸਾਨੂੰ ਅਲੱਗ ਕਰ ਗਿਆ, ਉਹਦਾ ਹੁਣ ਕੀ ਕਰ ਸਕਦੇ, ਉੱਥੇ ਸਾਡਾ ਜ਼ੋਰ ਨਹੀਂ ਚੱਲਦਾ। ਐਕਸੀਡੈਂਟ ਤੋਂ ਬਾਅਦ ਜੀ ਬਸ ਮੇਰੇ ਪੈਰਾਂ ਪੂਰਾਂ 'ਤੇ ਸੱਟ ਲੱਗੀ ਸੀਗੀ, ਜਾਂ ਮੇਰੇ ਰੋਡ ਦੇ ਉੱਪਰ ਜੋ ਵੀ ਮੇਰੀ ਪਿੱਠ ਦੇ ਵਿੱਚ ਬਜਰੀ ਬੁਜਰੀ ਵੜ ਗਈ ਸੀਗੀ ਕਾਫੀ ਜ਼ਿਆਦਾ, ਮਤਲਬ ਮੈਨੂੰ ਵੀ ਕਾਫੀ ਸੱਟਾਂ ਲੱਗ ਗਈਆਂ ਸੀਗੀਆਂ। ਉਸ ਤੋਂ ਬਾਅਦ ਮੈਂ ਘਰੇ ਆਉਂਦਾ ਹਾਂ ਅਤੇ ਉਹਨਾਂ ਦੀ ਡੈੱਡ ਬੋਡੀ ਮੈਨੂੰ ਦੂਸਰੇ ਦਿਨ ਮਿਲਣੀ ਸੀਗੀ, ਉਸ ਟਾਈਮ ਰਾਤ ਹੋ ਚੁੱਕੀ ਸੀਗੀ, ਅਤੇ ਡੈੱਡ ਬੋਡੀ ਨਹੀਂ ਦਿੱਤੀ ਹੋਸਪਿਟਲ ਵਾਲਿਆਂ ਨੇ, ਦੂਸਰੇ ਦਿਨ ਪੋਸਟਮਾਰਟਮ ਹੋਣ ਤੋਂ ਬਾਅਦ ਡੈੱਡ ਬੋਡੀ ਸਾਨੂੰ ਮਿਲੀ, ਅਤੇ ਸੰਸਕਾਰ ਹੋਇਆ ਉਹਦਾ ਜੀ, ਜੋ ਵੀ ਉਹਨਾਂ ਦਾ ਫੁੱਲ ਚੁੱਕੇ ਸਾਰਾ ਕੁਛ ਕੀਤਾ, ਪਾਠ ਰੱਖਿਆ, ਅਤੇ ਮਤਲਬ ਮੈਨੂੰ ਇੰਨਾ ਕੁ ਉਹਦਾ ਸਦਮਾ ਸੀਗਾ, ਅਤੇ ਮੈਂ ਤਿੰਨ ਮਹੀਨੇ ਮੈਂ ਰੋਟੀ ਪਾਣੀ ਤੋਂ ਮੂੰਹ ਮੋੜੀ ਰੱਖਿਆ ਹੈ, ਕੋਈ ਕੰਮ ਤੋਂ ਸਾਰੇ ਕਾਸ ਤੋਂ, ਇੱਕ ਡਿਪਰੈਸ਼ਨ ਸੀਗਾ ਮਨ 'ਚ ਵੀ ਮੈਂ ਇੱਦਾਂ ਦੀ ਦੁਨੀਆ ਦੇ ਵਿੱਚ ਰਹਿੰਦਾ ਹਾਂ ਜਿਨ੍ਹਾਂ ਨੇ ਹੈਲਪ ਤੱਕ ਨਹੀਂ ਕੀਤੀ ਮੇਰੀ, ਇੱਕ ਬੰਦਾ ਮਰਦਾ ਪਿਆ ਆ। ਅੱਜ ਕੱਲ੍ਹ ਲੋਕ ਪਤਾ ਕੀ ਕਰਦੇ, ਲੋਕ ਗੱਡੀਆਂ ਦੇ ਵਿੱਚ ਕੁੱਤਿਆਂ ਨੂੰ ਰੱਖਦੇ ਨੇ, ਮੇਰੀ ਤਾਂ ਫਿਰ ਇੱਕ ਇਨਸਾਨ ਸੀ ਉਹਨੂੰ ਲੋਕਾਂ ਨੇ ਗੱਡੀ ਦੇ ਵਿੱਚ ਨਹੀਂ ਰੱਖਿਆ ਹੈਗਾ,
ਕੀ ਸੀਗਾ ਉਹ ਸਰਦਾਰ ਬੰਦੇ ਨੂੰ ਵੀ ਕੀ ਸੀਗਾ? ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਸਰਦਾਰ ਬੰਦਾ ਕਿਤੇ ਦੇਖਦੇ ਆ, ਅਗਲਾ ਕਹਿੰਦਾ ਵੀ ਮੈਂ ਨਾ ਆਪਦੀ ਸੇਫਟੀ ਮਹਿਸੂਸ ਕਰਦਾ ਜਾਂ ਮੈਂ ਆਪਣੇ ਆਪ 'ਤੇ ਮਾਣ ਕਰਦਾ। ਪਰ ਮੈਨੂੰ ਉੱਥੇ ਉਹ ਚੀਜ਼ ਗੱਲ ਲੱਗੀ ਨਹੀਂ ਹੈਗੀ ਵੀ ਉਹ ਸਰਦਾਰ ਨੇ ਗੁਰੂ ਘਰੋਂ ਆਉਂਦੇ ਹੋਏ ਨੇ ਮੇਰੀ ਵਾਈਫ ਦੀ ਜਾਨ ਨਹੀਂ ਬਚਾਈ। ਉਹ ਬਚਾ ਸਕਦਾ ਸੀ, ਮੇਰੀ ਸਾਰੀ ਉਮਰ ਮੈਂ ਜਦ ਤੱਕ ਜਿਉਣਾ ਮੇਰੇ ਇਹੀ ਰਹਿਣਾ ਵਾ ਵੀ ਉਹ ਸਰਦਾਰ ਬੰਦਾ ਜੀ ਸਾਡੀ ਹੈਲਪ ਕਰ ਦਿੰਦਾ 10-15 ਮਿੰਟ, ਸਾਡੇ ਜਿਹੜੇ ਉੱਥੇ ਖਰਾਬ ਹੋਏ ਨੇ ਕੀ ਪਤਾ ਉਹ ਫਸ ਸਕਦੀ ਸੀ, ਉੱਥੇ ਬਲੱਡ ਚੜ੍ਹ ਸਕਦਾ ਸੀ, ਹੋਸਪਿਟਲ 'ਚ ਕੁਛ ਹੋ ਸਕਦਾ ਸੀਗਾ। ਇਹ ਸਾਰੀ ਉਮਰ ਮੇਰੇ ਦਿਲ 'ਚ ਵਿੱਚ ਰਹਿਣੀ ਹੈ ਜੀ। ਅਤੇ ਉਸ ਤੋਂ ਬਾਅਦ 3-4 ਮਹੀਨੇ ਮੁੱਖ ਮੋੜੀ ਰੱਖਿਆ ਵਾ, ਸਿਰਫ ਇੱਕ ਭਤੀਜਿਆਂ ਦਾ ਮੋਹ ਇੱਕ ਮਾਂ ਪਿਓ ਕਰਕੇ ਜ਼ਿੰਦਗੀ ਦੇ ਵਿੱਚ ਵਾਪਸ ਮੈਂ ਜੋ ਕੰਮ 'ਤੇ ਮੂਵ ਔਨ ਕੀਤਾ ਵਾ। ਪਰ ਜ਼ਿੰਦਗੀ ਇੱਕ ਸੱਚ ਦੱਸਾਂ ਇੱਕ ਨਰਕ ਆ ਉਹਦੇ ਬਿਨਾਂ, ਕਿਉਂਕਿ ਅੰਦਰ ਵੜਦੇ ਨੂੰ ਉਹਦੀ ਯਾਦ ਤਾਂ ਆਉਂਦੀ ਆ, ਬਾਹਰ ਨਿਕਲਦੇ ਨੂੰ ਤਾਂ। ਮੈਂ ਜੀ ਕੰਮ 'ਤੇ ਜਾਂਦਾ ਜੀ, ਸਾਡੇ ਇੱਥੋਂ ਮੇਨ ਰੋਡ ਪੈਂਦਾ ਆ, ਆ ਮੇਨ ਰੋਡ ਜਿਹੜਾ ਤੁਸੀਂ ਆਏ ਹੋ ਇੱਥੋਂ ਪੈਂਦਾ ਆ, ਉਹਨੇ ਇੱਥੇ ਬਾਹਰ ਗੇਟ 'ਤੇ ਖੜ੍ਹ ਜਾਣਾ ਜਦ ਤੱਕ ਮੈਂ ਉਹਨੂੰ ਦਿਖਣਾ ਬੰਦ ਨਹੀਂ ਹੋਣਾ ਹੈਗਾ। ਉਹਨੇ ਮੈਨੂੰ ਬਾਏ ਕਰੀ ਜਾਣਾ, ਚਾਹੇ ਮੇਰੇ ਨਾਲ ਕੋਈ ਵੀ ਆ, ਚਾਹੇ ਫਾਦਰ ਸਾਹਿਬ ਆ, ਚਾਹੇ ਕੋਈ ਮੇਰਾ ਰਿਲੇਟਿਵ ਆ, ਉਹਨੇ ਬਾਏ ਕਰੀ ਜਾਣਾ। ਇੱਕ ਦਿਨ ਫਾਦਰ ਸਾਹਿਬ ਕਹਿਣ ਲੱਗ ਗਏ, ਕਹਿੰਦੇ ਮੰਮੀ ਹੁਣਾਂ ਨੂੰ ਕਹਿੰਦੇ ਸਾਰਾ ਆਂਢ ਗੁਆਂਢ ਦੇਖਦਾ ਹੁੰਦਾ ਆ ਵੀ ਲਖਵੀਰ ਜਦ ਤੱਕ ਜਾਂਦੀ ਆ, ਜਦ ਤੱਕ ਇਹ ਜਾਂਦਾ ਲਖਵੀਰ ਬਾਏ ਕਰੀ ਜਾਂਦੀ ਆ ਉਹਨੂੰ। ਅਤੇ ਕਹਿਣ ਲੱਗ ਗਏ, ਕਹਿੰਦੀ ਡੈਡੀ ਤੁਸੀਂ ਆਪਣੇ ਟਾਈਮ ਕਰਦੇ ਹੋਗੇ, ਹੁਣ ਸਾਡਾ ਟਾਈਮ ਆ, ਹੁਣ ਅਸੀਂ ਕਰਦੇ ਹਾਂ। ਅਤੇ ਕਹਿੰਦੀ ਮੈਂ ਕਿਹੜਾ ਕਿਸੇ ਦੇ ਆਦਮੀ ਨੂੰ ਕਰਦੀ ਹਾਂ, ਮੇਰਾ ਆ ਅਤੇ ਮੈਂ ਚਾਹੇ ਜਿੱਥੇ ਮਰਜ਼ੀ ਖੜ੍ਹ ਕੇ ਕਰਾਂ। ਸਾਡੇ ਇੱਦਾਂ ਹੀ ਗਵਾਂਢ ਦੇ ਵਿੱਚ ਭਾਬੀ ਰਹਿੰਦੇ ਨੇ, ਉਹਨਾਂ ਦੇ ਹਸਬੈਂਡ ਡਰਾਈਵਰੀ ਕਰਦੇ ਨੇ, ਮਹੀਨਾ ਮਹੀਨਾ ਬਾਹਰ ਲਾ ਕੇ ਆਉਂਦੇ ਨੇ। ਉਹ ਇੱਕ ਦਿਨ ਉਹ ਹੱਸਣ ਲੱਗ ਗਏ ਇਹਨਾਂ ਨੂੰ, ਕਹਿੰਦੇ ਉਹਨਾਂ ਦਾ ਭਾਜੀ ਦਾ ਨਾਂ ਰਾਜੂ ਆ, ਕਹਿੰਦੇ ਰਾਜੂ ਵੀ ਤੂੰ ਅਖੇ ਜਾਂਦਾ ਆ, ਮਹੀਨੇ ਬਾਅਦ ਆਉਣਾ ਹੁੰਦਾ ਆ, ਤੈਨੂੰ ਫਿਰ ਵੀ ਜੇ ਬਾਏ ਕਰਦੀ ਆ ਤੂੰ ਬਾਏ ਨਹੀਂ ਕਰਦਾ? ਵੀ ਇਹਨਾਂ ਨੇ ਨਾਲੇ ਡੇਲੀ ਸਵੇਰੇ ਸ਼ਾਮ ਮਿਲਣਾ ਹੁੰਦਾ ਆ, ਇਹ ਫਿਰ ਵੀ ਕਿਲੋਮੀਟਰ ਤੱਕ ਇੱਕ ਦੂਜੇ ਨੂੰ ਬਾਏ ਕਰਦੇ ਰਹਿੰਦੇ ਨੇਗੇ। ਮਤਲਬ ਬਹੁਤ ਜ਼ਿਆਦਾ ਪਿਆਰ ਕਰਦੀ ਸੀਗੀ, ਉਹਦੇ ਵਰਗਾ ਪਿਆਰ ਮੈਨੂੰ ਨਹੀਂ ਲੱਗਦਾ ਮੈਨੂੰ ਗਾਹਾਂ ਕਿਸ ਤੋਂ ਮਿਲੂਗਾ ਜਾਂ ਮੈਂ ਪਿੱਛੇ ਕਿਸ ਤੋਂ ਲੈ ਸਕਦਾ ਸੀਗਾ। ਸਿਰਫ ਇੱਕ ਉਹੀ ਇਨਸਾਨ ਸੀਗਾ ਜਿਹੜਾ ਇੰਨਾ ਕਰ ਗਿਆ, ਅਤੇ ਮੈਂ ਸਾਰੀ ਉਮਰ ਉਹਨੂੰ ਯਾਦ ਰੱਖੂੰਗਾ। ਉਹਦਾ ਟੈਟੂ ਵੀ ਮੈਂ ਬਣਵਾਇਆ ਆਪਣੀ ਬਾਂਹ 'ਤੇ, ਅਤੇ ਉਹ ਨਹੀਂ ਤਾਂ ਉਹਦੀ ਇੱਕ ਯਾਦ ਸਹੀ ਮੇਰੇ ਨਾਲ। ਪਰ ਮੈਂ ਅੱਜ ਵੀ ਉਹਨਾਂ ਨੂੰ ਬਹੁਤ ਮਿਸ ਕਰਦਾ ਹਾਂ। ਜੇ ਕੁਛ ਵੇਚ ਕੇ ਵੀ, ਸਾਰਾ ਕੁਛ ਵੇਚ ਕੇ ਵੀ, ਜਾਂ ਮੇਰਾ ਕੁਛ ਲੈ ਕੇ ਵੀ ਕੁਛ ਰੱਬ ਮੈਨੂੰ ਦਿੰਦਾ ਹੋਵੇ ਨਾ, ਤਾਂ ਮੈਂ ਉਸ ਚੀਜ਼ ਨੂੰ ਲੈ ਸਕਦਾ। ਪਰ ਤੁਸੀਂ ਦੱਸਦੇ ਕਿ ਇੱਕ ਟਾਈਮ ਸੀਗਾ ਜਦੋਂ ਉਹ ਤੁਹਾਡੇ ਕੋਲ ਸੀਗੇ, ਤੁਹਾਡੇ ਕੋਲ 250 ਰੁਪਏ ਨਹੀਂ ਸੀਗੇ ਰਿੰਗ ਅਫੋਰਡ ਕਰਨ ਨੂੰ, ਪਰ ਅੱਜ ਜੇ ਉਹ ਕੋਈ ਵੀ ਚੀਜ਼ 'ਤੇ ਹੱਥ ਰੱਖਦੇ ਤੁਸੀਂ ਉਹ ਅਫੋਰਡ ਕਰ ਸਕਦੇ, ਪਰ ਅੱਜ ਉਹ ਹੈ ਨਹੀਂ। ਹਾਂਜੀ, ਮੈਂ ਅੱਜ ਲੈ ਕੇ ਦੇ ਸਕਦਾ ਸੀਗਾ, ਜਿੱਦਾਂ ਮੈਂ ਦੱਸਿਆ ਸੀਗਾ ਵੀ ਇੱਕ 250 ਦੀ ਰਿੰਗ ਲੈਣ ਲਈ ਮੇਰੇ ਉਸ ਟਾਈਮ ਮੇਰੇ ਪਰਸ ਦੇ ਵਿੱਚ ਸਿਰਫ 100 ਰੁਪਇਆ ਸੀਗਾ, ਕੋਈ ਲਕੋ ਨਹੀਂ, ਕੋਈ ਕੁਛ ਨਹੀਂ ਹੈਗਾ, ਸਿਰਫ 100 ਰੁਪਇਆ ਸੀਗਾ। ਉਸ ਟਾਈਮ ਨੌਕਰੀ ਸੀਗੀ, ਇੱਕ ਲੋਕਡਾਊਨ ਖੁੱਲ੍ਹਿਆ ਖੁੱਲ੍ਹਿਆ ਸੀਗਾ, ਜੋ ਵੀ ਸੀਗਾ ਚਲੋ ਸਾਰਾ ਹੈ ਨਾ ਮਨੀ ਖਰਚ ਹੋਈ ਜਾਂਦੀ ਆ ਘਰਾਂ ਦੇ ਵਿੱਚ। ਅਤੇ ਸਿਰਫ ਮੈਂ ਇੱਕ ਵਾਰ ਉਹਨੂੰ ਕਿਹਾ ਸੀ, ਮੈਂ ਕਿਹਾ ਲਖਵੀਰ ਮੈਂ ਅਫੋਰਡ ਨਹੀਂ ਕਰ ਸਕਦਾ ਇਸ ਟਾਈਮ, ਵੀ ਰੱਬ ਨੇ ਚਾਹਿਆ ਅਤੇ ਇਸ ਤੋਂ 250 ਦੀ ਰਿੰਗ ਛੱਡ, ਮੈਂ 2.5 ਲੱਖ ਦੀ ਤੈਨੂੰ ਲੈ ਦੂੰਗਾ, ਅਤੇ ਮੈਂ ਅੱਜ ਲੈ ਕੇ ਦੇ ਸਕਦਾ। ਅੱਜ ਪਰਮਾਤਮਾ ਨੇ ਉਹ ਸਮਾਂ ਮੈਨੂੰ ਦੇ ਤਾ, ਪਰ ਮੇਰੇ ਤੋਂ ਉਹ ਖੋਲ੍ਹੀ। ਅੱਜ ਮੈਂ ਉਹ, ਮੈਂ ਇਸ ਚੀਜ਼ ਨੂੰ ਸਹਿਣਾ ਵੀ ਮੈਂ ਤਾਂ ਇੱਦੋਂ ਤਾਂ ਮੈਂ ਉਹ ਚੀਜ਼ਾਂ ਅਫੋਰਡ ਹੀ ਨਾ ਕਰਦਾ, ਅਤੇ ਉਹ ਤਾਂ ਮੇਰੇ ਨਾਲ ਰਹਿ ਜਾਂਦੀ। ਉਹਨੇ ਸਿਲਾਈ ਕੀਤੀ, ਉਹਦੀ ਹਜੇ ਵੀ ਸਿਲਾਈ ਮਸ਼ੀਨ ਮੈਂ ਸਾਂਭ ਕੇ ਰੱਖੀ ਹੋਈ ਆ, ਉਹਦਾ ਇੱਕ ਵੀ ਸੂਟ ਤੱਕ ਵੀ। ਮੈਨੂੰ ਲੋਕਾਂ ਨੇ ਬਥੇਰਿਆਂ ਨੇ ਕਿਹਾ, ਕਹਿੰਦੇ ਉਹਦਾ ਯਾਰ ਜੋ ਵੀ ਸਮਾਨ ਆ ਉਹਦਾ ਸਿੱਟ ਦੇ ਜਾਂ ਉਹਦਾ ਕੁਛ ਦੇ ਦੇ, ਪਰ ਮੈਂ ਅੱਜ ਤੱਕ ਵੀ ਨਾ ਉਹਦਾ ਇੱਕ ਸੂਟ ਤੋਂ ਲੈ ਕੇ ਇੱਕ ਸੂਈ ਤੱਕ ਵੀ ਉਹਦੀ ਸਿੱਟੀ ਨਹੀਂ ਹੈਗੀ। ਸਾਰੀ ਯਾਦਗਿਰੀ ਮੈਂ ਆਪਣੇ ਰੂਮ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਆ ਉਹਦੀ, ਐਜ਼ ਆ ਟਾਈਮ ਵੀ ਹਜੇ ਵੀ ਮੇਰੇ ਕੋਲ ਉਹ ਪ੍ਰੈਜ਼ੈਂਟ ਹੈ। ਮੈਂ ਤਾਂ ਉਹਨੂੰ ਫੀਲ ਕਰਦਾ ਇੱਕ ਵੀ ਚਲੋ ਮੇਰੇ ਨਾਲ ਆ, ਹੈ ਨਾ, ਨਾਲ ਤਾਂ ਸਭ ਨੂੰ ਪਤਾ ਆ ਵੀ ਗਏ ਕਿੱਥੇ ਮੁੜਦੇ ਨੇਗੇ, ਪਰ ਇੱਕ ਯਾਦ ਦੇ ਨਾਲ ਉਹਨੂੰ ਫੀਲ ਕਰਦਾ ਰਹਿੰਦਾ ਆ ਵੀ ਨਾ ਚਲੋ ਯਾਦ ਆ। ਹੁਣ ਕੰਮ 'ਤੇ ਜਾਂਦਾ ਆ, ਮੈਨੂੰ ਤਮਾ ਲੱਗੀ ਰਹਿੰਦੀ ਆ ਵੀ ਚਲੋ ਮੈਨੂੰ ਘਰ ਮਿਲ ਜਾਏਗੀ। ਜੇ ਮੈਂ ਘਰ ਜਾਂਦਾ ਆ ਮੈਨੂੰ ਇੱਦਾਂ ਰਹਿੰਦਾ ਆ ਵੀ ਕੰਮ 'ਤੇ ਜਾਊਂਗਾ ਮੈਨੂੰ ਪਿੱਛੇ ਫੋਨ ਕਰੂਗੀ, ਪਰ ਉਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਮੇਰੀ ਲਾਸਟ ਉਹਦੇ ਨਾਲ ਇੱਕ ਗੱਲ ਹੁੰਦੀ ਆ ਫੋਨ 'ਤੇ, ਕਹਿੰਦੀ ਕੱਲ੍ਹ ਨੂੰ ਤੁਸੀਂ ਮੇਰਾ ਅਕਾਊਂਟ ਖੁਲਵਾ ਦੋਗੇ? ਮੈਂ ਕਿਹਾ ਕਿਉਂ? ਕਹਿੰਦੀ ਜੋ ਬਜਟ ਹੁੰਦੀ ਆ ਵੀ ਚਲੋ ਮੈਂ ਨਾ ਸਿਲਾਈ ਸਲੂਈ ਕਰਕੇ ਜੋ ਕਰਦੀ ਹਾਂ ਵੀ ਮੈਂ ਉਹਦੇ ਵਿੱਚ ਜਮ੍ਹਾਂ ਕਰਵਾ ਦਿਆ ਕਰੂੰਗੀ, ਵੀ ਬਾਈ ਚਾਂਸ ਕਦੇ ਆਪਾਂ ਨੂੰ ਕੁਛ ਚੀਜ਼ ਲੈਣ ਦੀ ਲੋੜ ਪੈ ਗਈ ਤਾਂ ਆਪਾਂ ਉਹ ਕਰ ਲਾਂਗੇ ਵੀ ਕਢਵਾ ਲਾਂਗੇ ਜਾਂ ਉੱਦਾਂ। ਚਲੋ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਉਹਨੂੰ ਹੱਸਦਾ ਹਾਂ, ਮੈਂ ਕਿਹਾ ਕੋਈ ਗੱਲ ਨਹੀਂ, ਤੇਰਾ ਕੱਲ੍ਹ ਨੂੰ ਸਵੇਰੇ ਮੈਂ ਖਾਤਾ ਖੁਲਵਾ ਦੂੰਗਾ, ਨਾਲੇ ਤੇਰੇ ਅਕਾਊਂਟ ਦੇ ਵਿੱਚ ਮੈਂ ਲੱਖ ਰੁਪਈਆ ਜਮ੍ਹਾਂ ਕਰਵਾ ਦੂੰਗਾ। ਮੇਰੇ ਕੋਲ ਉਸ ਚੀਜ਼ ਦੀ ਰਿਕਾਰਡਿੰਗ ਵੀ ਹੈਗੀ, ਮੈਂ ਬਹੁਤ ਵਾਰ ਸੁਣਦਾ ਹਾਂ, ਲਾਸਟ ਸਾਡੀ ਫੋਨ ਕਾਲ 'ਤੇ ਗੱਲ ਹੁੰਦੀ ਆ। ਅਤੇ ਕਹਿੰਦੀ ਆਹੋ, ਕਹਿੰਦੀ ਤੁਹਾਨੂੰ ਪਤਾ ਆ ਵੀ 1 ਲੱਖ ਰੁਪਈਆ ਜੇ ਮੈਂ ਜਮ੍ਹਾਂ ਕਰਵਾ ਵੀ ਦਊਂਗਾ ਅਤੇ ਕਢਵਾਉਣਾ ਤਾਂ ਮੇਰੇ ਨਾਲ ਜਾ ਕੇ ਹੀ ਹੈ ਨੇ, ਇਹਨੇ ਕਿਹੜਾ ਕਿਸੇ ਦੇ ਨਾਲ ਚਲੇ ਜਾਣਾ ਆ। ਚਲੋ ਇੱਦਾਂ ਹੱਸਦੀ ਆ ਮੇਰੇ ਨਾਲ ਫੋਨ 'ਤੇ, ਬਹੁਤ ਹੱਸਦੀ ਆ ਇਹ ਗੱਲ ਕਰਨ ਤੋਂ ਬਾਅਦ। ਉਹ ਸਮਾਈਲ ਉਹਦੀ ਉਹੀ ਫੋਨ ਦੇ ਵਿੱਚ ਮੇਰੇ ਰਿਕਾਰਡ ਆ। ਅਸੀਂ ਆਉਂਦੇ ਹਾਂ ਗੁਰਦੁਆਰਾ ਸਾਹਿਬ ਤੋਂ, ਬਸ ਆਹ ਕੰਮ ਹੁੰਦਾ ਆ। ਉਸ ਦਿਨ ਤੋਂ ਬਾਅਦ ਸਾਡੇ 'ਚ ਜੋ ਵੀ ਅੱਜ ਤੱਕ ਦਾ ਵਿਛੋੜਾ ਸਾਡਾ ਨਹੀਂ ਕੰਪਲੀਟ ਹੋਇਆ। ਕਿ ਫਾਦਰ ਸਾਹਿਬ ਨਾਲ ਵੀ ਇੰਨਾ ਪਿਆਰਾ, ਉਹ ਹਾਲੇ ਤੱਕ ਉਹਨਾਂ ਨੂੰ ਯਾਦ ਕਰਦੇ ਨੇ, ਅਤੇ ਜਦੋਂ ਯਾਦ ਆਉਂਦੀ ਹੈ ਤਾਂ ਕਈ ਵਾਰ ਰੋਟੀ ਵੀ ਨਹੀਂ ਖਾਂਦੇ। ਹਾਂਜੀ, ਫਾਦਰ ਸਾਹਿਬ
उन्होंने भी सारा कपड़ा जिहड़ा सारा धोता धवाया मिलना प्लस रोटी भी एक दिन भी मैं कहना मेरी निगाह दे विच मैं उस चीज़ ते माण करदा हाँ भी मेरी वाइफ रह के गई है वो एक दिन भी मेरे फादर साहब नूं जां मेरे मदर नूं जां कोई ब्रदर नूं ये चीज़ नहीं कहनी पई भी हाँ सानू रोटी नहीं मिली जां सानू रोटी दे दे उन्हें इन्नी क टाइम की पाबंध सी उन्हें आपे ही सारा कुछ करी जाना है जे कोई रिलेटिव भी आ जाता सीगा तो यह नहीं है भी अज तक मैं किसी रिलेटिव के मूँह तो एक वो बुराई सुनी हो भी लखवीर ने सानू पानी तक नहीं पूछा है हर एक दे नाल वधिया कोऑपरेट करती सी वधिया रहिंदी सी ते फादर साहब तो जिदा हुण साल कंप्लीट होया सीगा जी फादर साहब नूं उदने एक साल मैं दसता मैं कि अज साल कंप्लीट हो गया कहिंदा मैनूं पता है उदने उन्होंने मेरी रोटी खाधी साडे घर दे विच उदने रोटी नहीं असीं खाधी है तो वधिया भाभी नाल भी बहुत वधिया प्यार सी जिदा कि आप ला लीए भी एक पिंड दे सीगे जी दोने ये तो कभी भी अज तक सानू ये नहीं सीगा साडी जॉइंट फैमिली सीगी बहुत वधिया प्यार बनया होया सीगा कभी भी उन्होंने कोई अलग होने की गल नहीं की सी कभी भी यही बच्चियां नाल कोई इदा नहीं किया भी चलो उन्हां दीआं ने अपनियां समझदी सी इतों तक भी कह दिंदी सी भी राजवीर आपां बच्चियां दा कन्यादान करना आ आपां बच्चियां दा ब्याह करना आपां पढ़ाउणियां ने आपां गड्डियां देणियां ने इत्थे तक उहदी सोच जांदी सी तो बहुत उच्ची सोच की मालक सी पर रब न पता नहीं की मंजूर सी एक डेली पाठ करने वाले इंसान नाल परसन नाल इदा का काम हो जाए तो एक रब तो भी मूँह मोड़न वाली गल हो जाती है क्योंकि मैं अज भी मैं गुरु घर जाना मैं हर संडे जाना मैं वो हाजरी लवा के आना मेरे नाल आ मैं वो हाजरी लवाना आ पर फिर भी गिला तो चलो रब तो आता है ना तेरे घरों आते गुरु घर तो आँदे हुए साडा एडा एक्सीडेंट होया आ किसी होर चीज़ तो आते होंगे फिर तो आप मन भी लेंगे चलो ना एक गुरु घर बंदा नाले असी उस टाइम साढ़े को क्रेन भी सी साढ़े को सारा कुछ सी असी सिर्फ एक एक सुख मंगन जाते होंगे भी साडा प्यार इदा बनाई रखी रबा साडा प्यार इदा बनाई पर पता नहीं क्यों इदा हो गया साढ़े नाल बहुत केयर करती सी बहुत केयर करती सी मैं कहना जी नमाउंदी धमाउंदी भी सारा कुछ इन्हों वो सी बच्चों भी मम्मी भी जो ओपरेट होया जिदा कि डॉक्टर ने ना इन्हों टांके टूंके लगे हुए थे डॉक्टर ने दसना कहना भी इन्हों की केयर करनी है मैं कहना हले कोई अपना बच्चा हो हले वो चीज़ की गाँव तो मान लेंदा पर उन्हें कभी भी नहीं ये चीज़ में करे कभी भी मेरी नानी सी मेरी नानी दे ना सिर दे उन्होंने माता हो गई सी साढ़े को दो तीन महीने रह के गए वो काफ़ी ज़्यादा उन्हों का बद गया सिर का कम जी मैं कहना उन्होंने जख्म हो गए थे सिर के जिदा कि आप कहने गल जाता ना एक चीज़ गल गई सी जी तो मेरी लखवीर ने कभी भी उन्होंने सिर के हाथ के नाल उन्होंने क्रीम लानी कभी भी उन्हें कद नहीं सोचा सगा भी है ना गलिया होया या मैं क्यों हाथ लावा एक % का भी ना कोई गरूर ना कुछ नहीं इदा इदा की कोई गल नहीं सी पर फिर भी रब ने साढ़े दो खोली ਅਜੀ ਧੀਆਂ ਵਾਂਗ ਪਿਆਰ ਕਰਦੇ ਸੀ ਤੁਹਾਨੂੰ ਅਸੀਂ ਧੀਆਂ ਵਾਂਗ ਕਰਦੇ ਸੀਗੇ ਪਿਆਰ ਬਹੁਤ ਕਰਦੀ ਸਾਡਾ ਤਾਂ ਉਹ ਬਹੁਤ ਕਰਦੀ ਸੀਗੀ ਅਸੀਂ ਤਾਂ ਆਪਣੀ ਉਣਾ ਕੇ ਲਿਆਉਂਦੀ ਸੀ ਸਾਡੀ ਆਪਣੀ ਕੁੜੀ ਆ ਪਰ ਮਾਲਕ ਨੇ ਗੁਰੂ ਘਰ ਜਾਂਦਿਆਂ ਤੋਂ ਉਮੜ ਦੇ ਆਹ ਖੁਸ਼ ਹੋ ਗਿਆ ਗੁਰੂ ਘਰੋਂ ਆਉਂਦੇ ਸੀ ਵਧੀਆ ਰਹੀ ਹੈ 2 ਸਾਲ ਸਾਡੇ ਨਾਲ ਬਹੁਤ ਵਧੀਆ ਸੀਗੀ ਪਰ ਐਂ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਕੰਮ ਵੀ ਹੋ ਜਾਣਾ वो तो कहती हूँ दीदी मैं अपने माँ प्यो नहीं याद करती है आ मैं मिल गए कद नहीं सी उन्हें कदे भी फर्क कर मम्मी उन्होंने तो याद नहीं करती कहती सी आही ने मेरे तो सानू घाटा बहुत पै गया था 2 साल दे विच सिर्फ 2 साल दे विच सिर्फ एक बार अपने पेके जाके आई है वो भी मैं नाल गया वहां सिर्फ एक बार पेके गई आ कह दी सी राजवीर तू नाल जाएगा मैं उन्होंने कह भी देना भी जे लैके जानी है तो लै जाओ कोई गल नहीं छड्ड जाओ तो उन्हें कहना नहीं जे तू नाल जाएगा तो मैं तां जाऊंगी नहीं मैं जांदी नहीं 2 साल दे विच सिर्फ एक बार पेके जाके आई आ ते जिवें लोकी मैं तुहानूं दस्सिया लोकी कहिंदे सीगे ड्राइवर आ नशा करदा होएगा तो मैं उन्होंने कहा सी मैं कहा मेरे ट्रस्ट ते आ जी एक बारी मेरे नाल ब्याह करा लई भी सारी उम्र नहीं तेरा मैं माण टुट्टण दिंदा तो मैनूं अज भी उस चीज़ का माण आ कि अज चाहे मेरे नाल नहीं है पर मैं अज भी वह माण नहीं टुट्टण दिता है मैं उदा वर्कआउट करता सीगा जी मेरा बहुत ध्यान रखती सी जिदा डाइट का उन्हें मैनूं सवेरे 9 बजे मैं जिम जाना उन्हें मैनूं शेक बना के देना जो भी सारा उत्थे दा दुपहर लई उन्हें मैनूं पैक करके देना जो भी ब्रैड या आमलेट है ना तो अज मैं 1 साल हो गया मैं जिम के जाके तक नहीं खड़िया मैं वर्कआउट नहीं किया है पर मैं इन्ना भी है भी मैं किसी गलत पासे भी नहीं गया है वो जाने तो बाद जिदा कि नशा कोई किया कुछ भी नहीं कुछ नहीं नशा किया जो असी क्रेन ले साडा ना लोन पर सी 2 महीने बाद यही काम हो गया सीगा साडा मैं उदिया किस्तां उतारियां ने सारियां 1 साल दे विच मैं उहदा ड्रीम सीगा कि साडियां क्रेनां होण एक तो असी कई बनाईए मैं उहदा ड्रीम 1 साल दे विच कंप्लीट कीता आ
दिन पर रात मेहनत करके एक साल के मैं क्रेन फ्री की है, जो मेरा 3 साल का प्रोसैस है वह मैं 1 साल के फ्री की है। तो हूँ मेरा नैक्सट ड्रीम भी वह पूरा करना ही है, भी मेरी टारगेट है जो भी उन्हें क्रेन का साड़ी का सोचा सभी साड़िया क्रेना हो मैं क्रेना वाहवा कर दूंगा, पर मैं उन्हूं जिंदगी दे विच कदी नहीं हासिल कर सकता हैगा। ये भी दस्सदे सीगे कि ये जिहड़ा घर का नक्शा है जिवें आ चीज़ां बनाईआं ये उन्हां दे जाण तों बाद तुसीं पूरियां कीतीआं ते इन्हें ये तुहानूं दस्सिआ होया सी उन्हां ने इदां कर कंप्लीट कीतीआं नेगीआं जी 1 साल दे विच कंप्लीट कीतीआं नेगीआं उहदे जाण तों बाद, क्योंकि उन्हें सोचिआ होया सीगा वी राजवीर जदों अपनी क्रेन फ्री हो जूगी आपां इत्थे टाइल लगावांगे, आपां इत्थे ड्रैसिंग टेबल लावांगे, आपां इत्थे सोफे लावांगे, क्योंकि पहलां तां जदों ओह मेरे नाल रहिंदी सीगी जी उस टाइम तां सब कुछ भी नहीं सीगा, उस टाइम तां सिर्फ इक इन्नी क गरीबी सीगी भी ला लो भी इन्ने इन्ने साढ़े खड्डे भी सीगे ते फर्श दे विच असी वह भी नहीं भरवा सके सीगे, ते उहदे पाठ करने जां उहदियां डेली अरदासां करनियां 2 साल दियां इस घर नूं उहने उह चीज़ कीता होया, ते जो उहने सोचिआ सीगा मैं उह चीज़ सारी करती जी, अज्ज सारी कंप्लीट करती जो घर दे विच उहने सोचिआ सीगा भी आपां इत्थे आह चीज़ रखनी आपां इत्थे आह चीज़ रखनी उह सारी अज्ज मैं कंप्लीट करती आ। टैटू बनवाया सीगा जी मैं 1 साल कंप्लीट होण ते उहनां दा 1 साल कंप्लीट होया सीगा उस टाइम ते इन्हां दा टैटू बनवाया सीगा मैं, सिर्फ एक यादगिरी उन्हां दी, क्योंकि इदां दी रूह मैनू जिंदगी दे विच दोबारा नहीं मिलनी जां मैं इदां दा परसन दोबारा देख नहीं सकदा किसे नूं। ते मैनू लोग बथेरे कहिंदे सीगे वी नहीं तू ये काम नहीं करना हैगा, तू टैटू नहीं बनवाना हैगा, टैटू बनवाएगा तेरी जो गाहां लाइफ दे विच तू मूव ऑन करेगा जां तेरे गाहां कोई परसन आएगा तेरी लाइफ दे विच वी ओह चीज़ नूं नहीं सही समझूगा। पर मेरी एक सोच सीगी वी जे ओह चीज़ नूं समझ ओह ये चीज़ नूं नहीं समझ सकदा तो मैनू भी नहीं समझ सकदा, ते तां करके मैं टैटू बनवाया सीगा जी 1 साल, ते उहनूं बस यादगिरी आ उहदी वी ये सारी उम्र मेरे नाल रहूगा। ਤੁਸੀਂ ਦੱਸਦੇ ਸੀ ਬੱਚੀ ਵੀ ਨਾਲ ਸੀਗੀ ਹੈ ਨਾ, ਇਹ ਕਿੰਨੇ ਸਾਲਾਂ ਦੀ ਸੀ ਇਹਨੂੰ ਸਾਰਾ ਕੁਛ ਪਤਾ ਜਿੱਦਾਂ ਆਪਾਂ ਅਸੀਂ ਆਏ ਅਤੇ ਦੱਸਦੀ ਸੀਗੀ ਕਿ ਮੇਰੇ ਇੱਥੇ ਸੱਟ ਲੱਗੀ ਇੱਦਾਂ ਸੱਟ ਲੱਗੀ। ਹਾਂਜੀ ਇਹ 2 ਸਾਲ ਦੀ ਸੀਗੀ ਜੀ ਸਾਡੇ ਨਾਲ, ਜਿੱਦਾਂ ਕਿ ਉਹਦੀ ਰੂਟੀਨ ਸੀਗੀ ਪਾਠ ਕਰਨਾ ਡੇਲੀ, ਅਤੇ ਜਦੋਂ ਉਹਨੇ ਇੱਥੇ ਬਹਿ ਕੇ ਪਾਠ ਕਰਨਾ ਇੰਨੀ ਕੁ ਪਾਠ ਦੇ ਵਿੱਚ ਨੀਲ ਹੋ ਜਾਂਦੀ ਸੀ, ਚਾਹੇ ਕੋਲੇ ਕੋਈ ਖੜਕਾ ਹੋਈ ਜਾਵੇ ਚਾਹੇ ਕੋਲੇ ਕੋਈ ਖੜਾ ਰਹੇ, ਅਤੇ ਉਹਨੇ ਪਾਠ ਨਹੀਂ ਆਪਣਾ ਅੱਧ ਵਿਚਕਾਰ ਛੱਡਣਾ ਜਾਂ ਉਹਨੇ ਨਿਗਾਹ ਵੀ ਘੁਮਾਉਣੀ ਨਹੀਂ ਹੈਗੀ, ਬਹੁਤ ਪਾਠ ਕਰਦੀ ਸੀ ਇਹ ਗੁੜੀਆ, ਉਸ ਚੀਜ਼ ਨੂੰ ਗਾਈਡ ਹੁੰਦੀ ਸੀਗੀ ਗਾਈਡ ਕਰਦੀ ਸੀਗੀ, ਅਤੇ ਇਹ ਵੀ ਉਹਨਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀਗੀ, ਉਸ ਟਾਈਮ ਵੀ ਸਾਡੇ ਨਾਲ ਸੀਗੀ ਇਹ, ਅਤੇ ਉਹਨਾਂ ਦੀ ਗੋਦੀ ਦੇ ਵਿੱਚ ਬੈਠੀ ਉਸ ਟਾਈਮ ਜਦੋਂ ਸਾਡਾ ਐਕਸੀਡੈਂਟ ਹੁੰਦਾ ਆ, ਉਸ ਟਾਈਮ ਗੋਦੀ ਦੇ ਵਿੱਚ ਸੀਗੀ ਅਤੇ ਲੇਜ਼ ਖਾਣ ਲੱਗੀ ਹੋਈ ਸੀ, ਮੈਨੂੰ ਕਹਿੰਦੀ ਚਾਚੂ ਮੰਮਾ ਮੇਰੇ, ਮੰਮਾ ਹੀ ਕਹਿੰਦੀ ਸੀ ਸ਼ੁਰੂ ਤੋਂ, ਚਾਚੀ ਤਾਂ ਕਦੀ ਵੀ ਨਹੀਂ ਕਿਹਾ ਸੀ ਇਹਨੇ, ਕਹਿੰਦੀ ਮੰਮਾ ਮੇਰੇ ਲੇਜ਼ ਖਾਈ ਜਾਂਦੀ ਆ, ਮੈਂ ਕਿਹਾ ਕੋਈ ਨਾ ਪੁੱਤ ਤੈਨੂੰ ਘਰੇ ਜਾ ਕੇ ਹੋਰ ਦਵਾ ਦਾਂਗਾ ਮੈਂ, ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਜਾਣੂ ਅਸੀਂ ਹਿੱਟ ਹੋ ਜਾਂਦੇ ਹਾਂ ਗੱਡੀ ਨਾਲ, ਅਤੇ ਇਹ ਬੱਚੀ ਦਾ ਤਾਂ ਸਾਨੂੰ ਪਤਾ ਵੀ ਨਹੀਂ ਕਿੱਥੇ ਡਿੱਗੀ ਸੀਗੀ ਕਿੱਥੇ ਨਹੀਂ, ਇਹ ਤਾਂ ਕੋਈ ਸਾਨੂੰ ਇਸ ਬੱਚੀ ਨੂੰ ਹੋਸਪਿਟਲ ਹੀ ਫੜਾ ਕੇ ਗਿਆ ਵਾ, ਅਤੇ ਇਹਨੂੰ ਪਤਾ ਆ ਸਾਰਾ ਕੁਛ, ਆ ਕਿਹਦੀ ਫੋਟੋ, ਇਹਨੂੰ 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 ਸਾਰੀ ਗੱਲ ਪਤਾ ਹੈ ਨਾ, ਸਾਰੀ ਪਤਾ ਜੀ। ਉਸ ਟਾਈਮ ਬਹੁਤ ਜ਼ਿਆਦਾ ਮੋਹ ਸੀਗਾ ਜੀ, ਇਹ ਪੈਂਦੀ ਵੀ ਉਹਦੇ ਨਾਲ ਹੀ ਸੀਗੀ, ਅਤੇ ਆਪਣੇ ਮੰਮੀ ਪਾਪਾ ਨਾਲ ਤਾਂ ਕਦੇ ਜੇ ਕਿਤੇ ਜਾਣਾ ਵੀ ਹੈ ਕਿਤੇ ਰਿਸ਼ਤੇਦਾਰੀ 'ਚ ਜਾਂ ਕਿਤੇ ਘੁੰਮਣ ਵੀ ਤਾਂ ਸਾਡੇ ਨਾਲ ਹੀ ਜਾਣਾ, ਇਹਨੇ ਉਹਨਾਂ ਨਾਲ ਨਹੀਂ ਜਾਣਾ, ਸਾਰੀ ਦਿਹਾੜੀ ਬੈਠੀ ਵੀ ਉਹਦੇ ਸਿਰਾਣੇ ਹੀ ਰਹਿੰਦੀ ਸੀ, ਜਿੱਦਾਂ ਮੈਂ ਰੋਟੀ ਖਾਣ ਵੀ ਦੁਪਹਿਰੇ ਆਉਂਦਾ ਹੁੰਦਾ ਸੀਗਾ, ਮੇਰੀ ਲਾਈਫ ਬਹੁਤ ਚੇਂਜ ਹੋਈ ਹੈ ਜੀ ਉਸ ਤੋਂ ਬਾਅਦ, ਮੈਂ 10 ਵਜੇ ਕੰਮ 'ਤੇ ਜਾਂਦਾ ਹੁੰਦਾ ਸੀ, ਹੁਣ ਮੈਂ 7 ਵਜੇ ਨੂੰ ਨਿਕਲ ਜਾਂਦਾ ਹਾਂ, ਮੈਂ ਕਿਹਦੇ ਸਹਾਰੇ ਬੈਠਣਾ ਆ, ਅਤੇ ਦੁਪਹਿਰੇ ਰੋਟੀ ਖਾਣ ਆਉਂਦਾ ਹੁੰਦਾ ਸੀ ਮੈਂ 2-2 ਘੰਟੇ ਨਹੀਂ 3-3 ਘੰਟੇ ਨਹੀਂ ਮੁੜਦਾ ਹੁੰਦਾ ਸੀਗਾ, ਪਰ ਅੱਜ ਮੈਂ ਦੁਪਹਿਰੇ ਵੀ ਘਰੇ ਨਹੀਂ ਆਉਂਦਾ ਹੈਗਾ, ਜੋ ਵੀ ਆਪਣਾ ਕੰਮ 'ਤੇ ਸਾਰਾ ਕਰ ਕੁਰ ਕੇ ਕੰਪਲੀਟ ਕਰ ਲੈਂਦਾ ਹਾਂ, ਅਤੇ ਬਹੁਤ ਘੱਟ ਆ ਪਿਆ ਉਹਦੇ ਜਾਣ ਦਾ ਜੀ ਸਾਨੂੰ ਬਹੁਤ ਜ਼ਿਆਦਾ। ਜਦੋਂ ਘਰ ਆਉਂਦੇ ਹਾਂ ਘਰ ਆਉਂਦਿਆਂ ਜਿੱਦਾਂ ਉਹ ਤੁਸੀਂ ਦੱਸਦੇ ਸੀਗੇ ਕਿ ਜਾਣ ਵੇਲੇ ਵੀ ਗੇਟ 'ਚ ਹੁੰਦੇ ਸੀ ਅਤੇ ਆਉਣ ਵੇਲੇ ਵੀ, ਫਿਰ ਜਦੋਂ ਆਉਂਦਿਆਂ ਨਹੀਂ ਮਿਲਦੇ ਫਿਰ ਕਮੀ ਮਹਿਸੂਸ ਹੁੰਦੀ ਉਹਨਾਂ ਦੀ? ਕਮੀ ਜੀ ਫੋਟੋ ਦੇਖ ਲਈ ਦੀ, ਹੁਣ ਕੀ ਕਰਾਂਗੇ, ਇੱਕ ਰੂਮ ਦੇ ਵਿੱਚ ਵੜਦਾ ਹਾਂ ਬਸ ਉਹਦੀ ਫੋਟੋ ਨੂੰ, ਜੋ ਵੀ ਹੈ ਇੱਕ ਉਹਦਾ ਹੁੰਦਾ ਸੀਗਾ ਜਿੱਦਾਂ ਕਿ ਡੇਲੀ ਦੇ ਡੇਲੀ ਰੂਟੀਨ ਸੀਗੀ ਉਹਦੀ, ਜਦੋਂ ਮੈਂ ਕੰਮ ਤੋਂ ਨਿਕਲਣਾ ਘਰ ਦੇ ਵਿੱਚ ਉਹਨੇ ਗੇਟ ਤੋਂ ਪਹਿਲਾਂ ਮੇਰੇ ਨਾਲ ਜੱਪੀ ਪਾਣੀ ਇੱਦਾਂ ਹੀ ਆਉਣਦੀ ਸੀਗੀ ਮੇਰੀ, ਜਦੋਂ ਵੀ ਮੈਂ ਆ ਜਾਵਾਂ ਚਾਹੇ 12 ਵਜੇ ਚਾਹੇ 1 ਵਜੇ, ਪਰ ਉਹ ਚੀਜ਼ ਦਾ ਇੱਕ ਸੀਗਾ ਉਹਦਾ, ਕਈ ਵਾਰ ਹੋਇਆ ਸੀਗਾ ਵੀ ਮੈਂ ਰਾਤ ਨੂੰ 12-1 ਵਜੇ ਆਉਂਦਾ ਹੁੰਦਾ ਸੀਗਾ ਜੀ, ਅਤੇ ਉਹਨਾਂ ਨੂੰ 12-1 ਵਜੇ ਤੱਕ ਮੈਂ ਬਹੁਤ ਜ਼ੋਰ ਲਾਉਣਾ, ਮੈਂ ਕਹਿਣਾ ਵੀ ਤੂੰ ਤਾਂ ਰੋਟੀ ਖਾ ਲਾ 12-1, ਮੈਨੂੰ ਤਾਂ 12-1 ਵੱਜਣਾ, ਬਹੁਤ ਵਾਰੀ ਹੋਇਆ ਸੀਗਾ ਜੀ 12-1 ਵੱਜ ਜਾਂਦਾ ਸੀਗਾ, ਅਤੇ ਉਹਨੇ ਰੋਟੀ ਨਹੀਂ ਖਾਣੀ ਜੀ, ਉਹਨੇ ਭੁੱਖੀ ਸੌ ਜਾਣਾ, ਸੌਂਦੀ ਵੀ ਕਾਹਦੀ, ਉਹਨੇ ਮੈਨੂੰ ਫੋਨ 'ਤੇ ਘੰਟੇ ਬਾਅਦ ਮੈਸੇਜ ਕਰ ਦੇਣਾ ਵੀ ਕਿੰਨੇ ਟਾਈਮ ਤੱਕ ਆਉਂਗੇ, ਮੈਂ ਕਹਿਣਾ ਤੂੰ ਮੰਮੀ ਨੂੰ ਨਾਲ ਲੈ ਕੇ ਤੂੰ ਪੈ ਜਾ, ਮੈਂ ਉੱਪਰ ਰਹਿ ਸੀਗੀ ਮੇਰੀ, ਮੈਂ ਉੱਪਰ ਰਹਿੰਦਾ ਹੁੰਦਾ ਸੀਗਾ, ਮੈਂ ਕਹਿਣਾ ਤੂੰ ਮੰਮੀ ਨੂੰ ਲੈ ਕੇ ਪੈ ਜਾ, ਮੈਂ ਕੋਈ ਨਾ ਮੈਨੂੰ ਟਾਈਮ ਲੱਗ ਜਾਣਾ ਹੈ, ਚਾਹੇ ਮੈਂ 3 ਵਜੇ ਆਵਾਂ ਚਾਹੇ ਮੈਂ 2 ਵਜੇ ਆਵਾਂ, ਉਹਨੇ ਰਾਤੀ ਰੋਟੀ ਮੇਰੇ ਨਾਲ ਹੀ ਖਾਣੀ ਹੈ, ਕਦੀ ਵੀ ਨਹੀਂ ਰੋਟੀ ਉਹਨੇ, ਇਹ ਨਹੀਂ ਹੈਗਾ ਵੀ ਇੱਕ ਬੁਰਕੀ ਵੀ ਖਾ ਕੇ ਦੇਖ ਲਓ ਜਾਂ ਮੈਂ ਕਹਿ ਦੂੰਗਾ ਵੀ ਚਲੋ ਭੁੱਖ ਲੱਗੀ ਹੋਈ ਸੀਗੀ ਵੀ ਅੱਧੀ ਖਾ ਕੇ ਹੈ ਨਾ ਮਾੜਾ ਮੋਟਾ ਆਪਣੇ ਆਪ ਨੂੰ ਸੈੱਟ ਕਰ ਲਿਆ, ਪਰ ਨਹੀਂ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਪਰ ਉਹਨੇ ਖਾਣੀ ਮੇਰੇ ਨਾਲ ਹੀ ਹੈ, ਕਈ ਵਾਰ ਇੱਦਾਂ ਹੁੰਦਾ ਸੀ ਸਾਰੀ ਦਿਹਾੜੀ ਮੇਰੀ ਕੰਮ 'ਤੇ ਲੰਘ ਜਾਂਦੀ ਸੀ, ਮੈਂ ਦੁਪਹਿਰੇ ਵੀ ਨਹੀਂ ਖਾਣ ਆਉਂਦਾ ਹੁੰਦਾ ਸੀਗਾ, ਫਿਰ ਉਹਨੇ ਦੁਪਹਿਰ ਦੀ ਰੋਟੀ ਵੀ ਨਹੀਂ ਖਾਣੀ, ਜੇ ਰਾਤ ਨੂੰ ਵੀ ਮੈਨੂੰ 12-1 ਵੱਜ ਗਿਆ ਤਾਂ ਉਹਨੇ ਰਾਤ ਦੀ ਵੀ ਮੇਰੇ ਨਾਲ ਹੀ ਖਾਣੀ ਆ,
ਕਦੀ ਵੀ ਮਤਲਬ ਇਹ ਨਹੀਂ ਹੋਇਆ ਸੀਗਾ। ਅੱਜ 2 ਸਾਲ ਹੋ ਗਏ ਸੀਗੇ ਸਾਨੂੰ, 2 ਸਾਲਾਂ ਦੇ ਵਿੱਚ ਅਸੀਂ ਕਦੇ ਅਲੱਗ ਅਲੱਗ ਰੋਟੀ ਨਹੀਂ ਖਾਧੀ ਸੀਗੀ। ਉਹਨਾਂ ਨੇ ਪਹਿਲੀ ਬੁਰਕੀ ਮੇਰੇ ਮੂੰਹ ਦੇ ਵਿੱਚ ਪਾਣੀ ਤਾਂ ਕਿਤੇ ਜਾ ਕੇ ਉਹਨਾਂ ਨੇ ਆਪਦੀ ਰੋਟੀ ਖਾਣੀ ਕੰਮ ਸ਼ੁਰੂ ਕਰਨੀ ਆ। ਅੱਜ ਉਹਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ ਜੀ। ਦੂਜੇ ਵਿਆਹ ਲਈ ਵੀ ਲੋਕ ਕਹਿੰਦੇ ਹੋਣਗੇ ਹੈ ਨਾ, ਜ਼ਿੰਦਗੀ ਪਈ ਆ ਹਲੇ ਅਤੇ ਵਿਆਹ ਨੂੰ 2 ਸਾਲ ਹੋਏ ਆ, ਅਤੇ ਤੁਸੀਂ ਕੀ ਸੋਚਦੇ ਹੋ, ਕੀ ਡਿਸੀਜਨ ਲੈਂਦੇ ਹੋ? ਡਿਸੀਜ਼ਨ ਜੀ ਤੁਹਾਨੂੰ ਜਿੱਦਾਂ ਦੱਸਿਆ ਵਾ ਵੀ ਉਹਦੇ ਵਰਗਾ ਪਰਸਨ ਮਿਲਣਾ ਤਾਂ ਮੈਨੂੰ ਖੁਦ ਨੂੰ ਪਤਾ ਆ ਵੀ ਉਹਦੇ ਵਰਗਾ ਪਰਸਨ ਮੈਨੂੰ ਨਹੀਂ ਮਿਲ ਸਕਦਾ ਹੈ ਨਾ। ਅਤੇ ਬਹੁਤ ਲੋਕ ਕਹਿੰਦੇ ਵੀ ਆ ਵੀ ਮੂਵ ਔਨ ਕਰ, ਲਾਈਫ ਬਹੁਤ ਪਈ ਹੈ, ਅਤੇ ਦੇਖਦੇ ਹਾਂ ਜੀ ਜੇ ਲਾਈਫ ਪਾਰਟਨਰ ਕੋਈ ਇੱਦਾਂ ਦਾ ਕੋਈ ਸਮਝਣ ਵਾਲਾ ਮਿਲਿਆ। ਜਿੱਦਾਂ ਹੁਣ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਨੂੰ ਲੋਕ ਕਹਿੰਦੇ ਸੀਗੇ ਤੂੰ ਇਹ ਟੈਟੂ ਬਣਵਾ ਲਿਆ, ਤੈਨੂੰ ਆਉਣ ਵਾਲੀ ਜੋ ਵੀ ਤੇਰੀ ਲਾਈਫ ਦੇ ਵਿੱਚ ਕੋਈ ਆਏਗਾ ਪਰਸਨ ਤਾਂ ਉਹ ਇਹ ਚੀਜ਼ ਨੂੰ ਨਹੀਂ ਐਕਸੈਪਟ ਕਰੇਗਾ, ਪਰ ਜੇ ਕੋਈ ਹੋਇਆ ਉੱਦਾਂ ਦਾ ਸਮਝਣ ਵਾਲਾ ਤਾਂ ਜ਼ਰੂਰ ਅੱਗੇ ਮੂਵ ਔਨ ਕਰਨ ਦੀ ਸੋਚਾਂਗੇ। ਬਟ ਹਲੇ ਕੋਈ ਪਲੈਨ ਨਹੀਂ ਹੈਗਾ ਜੀ, ਹਲੇ ਕੁਛ ਨਹੀਂ ਸੋਚਦੇ ਹੈਗੇ। ਹਲੇ ਤਾਂ ਉਹਦੀਆਂ ਯਾਦਾਂ ਜੋ ਵੀ ਰੂਮ ਦੇ ਵਿੱਚ ਉਹਦੇ ਕੱਪੜੇ ਵੀ ਪਏ ਆ, ਉਹਦਾ ਜੋ ਵੀ ਹਾਰ ਸ਼ਿੰਗਾਰ ਦਾ ਸਮਾਨ ਸੀਗਾ, ਮੈਂ 1 ਪੈਸੇ ਦਾ ਨਹੀਂ ਸਿੱਟਿਆ ਹੈਗਾ, ਸਾਰਾ ਉੱਦਾਂ ਹੀ ਪਿਆ ਵਾ। ਹਲੇ ਅੱਜ ਤੱਕ ਉਹਦੀਆਂ ਯਾਦਾਂ ਨਾਲ ਹੀ ਮੈਂ ਜਿਉਂ ਰਿਹਾ ਹਾਂ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਟਾਈਮ। ਥੈਂਕ ਯੂ।